ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਪੰਜਾਬ ਵਿਧਾਨ ਸਭਾ ਦੇ ਵਿੱਚ ਸੈਸ਼ਨ ਹੋਇਆ ਅੱਜ, ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਚਰਚਾ ਹੋਈ। ਕੈਪਟਨ ਅਮਰਿੰਦਰ, ਡਾਕਟਰ ਮਨਮੋਹਨ ਸਿੰਘ ਸਾਡੇ ਉਪ ਰਾਸ਼ਟਰਪਤੀ, ਵੱਡੀ ਗਿਣਤੀ 'ਚ ਉੱਥੇ ਵਿਧਾਇਕ ਐਮ ਪੀ ਪੁੱਜੇ। ਅੱਜ ਨਵਜੋਤ ਸਿੰਘ ਸਿੱਧੂ ਨਹੀਂ ਗਏ। ਉਂਝ ਜੇ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਵੀ ਚਲੇ ਜਾਂਦੇ ਤਾਂ ਨਵਜੋਤ ਸਿੰਘ ਸਿੱਧੂ ਦੇ ਚੋਣ ਵਾਲਿਆਂ ਨੂੰ ਬਹੁਤ ਚੰਗਾ ਲੱਗਣਾ ਸੀ। ਸੋ ਮੈਨੂੰ ਵੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਘੱਟੋ ਘੱਟ ਜਾਣਾ ਜ਼ਰੂਰ ਚਾਹੀਦਾ ਸੀ, ਜੇ ਉਹ ਉਹਨਾਂ ਵਿਧਾਇਕਾਂ ਦੀ ਸੰਗਤ ਨਹੀਂ ਸੀ ਕਰਨਾ ਚਾਹੁੰਦੇ। ਅਤੇ ਬਾਬੇ ਨਾਨਕ ਦਾ ਅੱਜ ਸੈਸ਼ਨ ਸੀ, ਸੋ ਬਾਬੇ ਨਾਨਕ ਕਰਕੇ ਜ਼ਰੂਰ ਜਾਣਾ ਚਾਹੀਦਾ ਸੀ, ਭਾਵੇਂ ਵਿਧਾਨ ਸਭਾ ਦੇ ਬਾਹਰ ਹੀ ਬਾਬੇ ਨਾਨਕ ਨੂੰ ਮੱਥਾ ਟੇਕ ਕੇ ਨਵਜੋਤ ਸਿੰਘ ਸਿੱਧੂ ਮੁੜ ਆਉਂਦੇ। ਪਰ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਵੀ ਜ਼ਰੂਰ ਜਾਣਗੇ ਔਰ ਉਦਘਾਟਨ 'ਤੇ ਵੀ ਜਾਣਾ ਚਾਹੁੰਦੇ ਨੇ। ਬਹੁਤ ਧੰਨਵਾਦ ਹੈ ਸਿੱਧੂ ਦਾ, ਉਹਨਾਂ ਨੇ ਲਾਂਘਾ ਖੋਲ੍ਹਣ 'ਚ ਜਿਹੜਾ ਯੋਗਦਾਨ ਪਾਇਆ, ਪਰ ਅੱਜ ਸਿੱਧੂ ਦੇ ਸੈਸ਼ਨ 'ਚ ਨਾ ਜਾਣ ਕਰਕੇ ਨਵੀਂ ਰਾਜਨੀਤੀ ਜਿਹੜੀ ਸ਼ੁਰੂ ਹੋ ਗਈ। ਹੁਣ ਸਵਾਲ ਇਹ ਵੀ ਬਹੁਤ ਵੱਡਾ ਹੈ ਕਿ 2 ਦਿਨ ਰਹਿ ਗਏ ਨੇ, 7 ਤਰੀਕ ਆ ਗਈ, 7 ਨਵੰਬਰ ਅਤੇ 8 ਨਵੰਬਰ, 9 ਨੂੰ ਉਦਘਾਟਨ ਹੈ। ਸੋ ਨਵਜੋਤ ਸਿੰਘ ਸਿੱਧੂ ਨੇ ਕਹਿੰਦੇ ਹੋਰ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ, ਉਹਦੇ 'ਤੇ ਵੀ ਮੈਂ ਗੱਲ ਕਰੂੰਗਾ ਇਸ ਸ਼ੋਅ ਨੂੰ ਜਿਵੇਂ ਜਿਵੇਂ ਅੱਗੇ ਵਧਾਊਂਗਾ। 2 ਸੁਝਾਅ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਨੇ, ਸੂਤਰਾਂ ਦੇ ਹਵਾਲੇ ਨਾਲ ਮੈਨੂੰ ਇਹ ਜਾਣਕਾਰੀ ਮਿਲੀ ਹੈ। ਸਿੱਧੂ ਕਹਿੰਦਾ ਜਾਂ ਤਾਂ ਮੈਨੂੰ 8 ਤਰੀਕ ਨੂੰ ਹੀ ਮਨਜ਼ੂਰੀ ਦੇ ਦਿਉ, ਮੈਂ 8 ਤਰੀਕ ਨੂੰ ਬਾਬੇ ਦੇ ਗੁਰਦੁਆਰਾ ਸਾਹਿਬ 'ਚ ਜਾਊਂਗਾ, ਕਰਤਾਰਪੁਰ ਸਾਹਿਬ ਉੱਥੇ ਹੀ ਰਹੂੰਗਾ, ਅਤੇ ਮੈਂ ਅਗਲੇ ਦਿਨ ਮੱਥਾ ਟੇਕ ਕੇ ਇਮਰਾਨ ਖਾਨ ਦੇ ਸਮਾਗਮ 'ਚ ਚਲਿਆ ਜਾਊਂਗਾ, ਜਾਂ ਮੈਨੂੰ ਉਸੇ ਦਿਨ ਮਨਜ਼ੂਰੀ ਦੇ ਦਿਓ, ਮੈਂ ਸਵੇਰੇ ਸਵੇਰੇ ਪਹਿਲਾਂ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਸੰਗਤ ਨਾਲ ਜਾ ਕੇ ਮੈਂ ਫਿਰ ਇਮਰਾਨ ਖਾਨ ਦੇ ਸਮਾਗਮ 'ਚ ਜਾਣਾ ਚਾਹੁੰਦਾ। ਸੋ ਇਹ ਨਵਜੋਤ ਸਿੰਘ ਸਿੱਧੂ ਨੇ ਤਾਜ਼ੀ ਜਿਹੜੀ ਚਿੱਠੀ ਹੈ ਇਹ ਭਾਰਤ ਸਰਕਾਰ ਨੂੰ ਭੇਜਤੀ। ਕੈਪਟਨ ਅਮਰਿੰਦਰ ਕਹਿੰਦੇ ਮੈਨੂੰ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਚਿੱਠੀ ਮਿਲੀ ਸੀ ਮਨਜ਼ੂਰੀ ਦੀ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਹੋਮ ਮਿਨਿਸਟਰੀ ਨੂੰ ਔਰ ਵਿਦੇਸ਼ ਮੰਤਰਾਲੇ ਨੂੰ ਉਹ ਚਿੱਠੀ ਹੈ ਜਿਹੜੀ ਭੇਜ ਦਿੱਤੀ ਹੈ। ਇਹ ਦੋਵੇਂ ਚੀਜ਼ਾਂ ਨੇ ਵਿਧਾਨ ਸਭਾ ਅੱਜ ਸਜਾਈ ਗਈ ਸੀ। ਡਾਕਟਰ ਮਨਮੋਹਨ ਸਿੰਘ ਸਣੇ ਵੱਡੇ ਵੱਡੀਆਂ ਸਿਆਸੀ ਹਸਤੀਆਂ ਅੱਜ ਪੁੱਜੀਆਂ, ਸਾਰਿਆਂ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਤਹੱਈਆ ਕੀਤਾ। ਅੱਜ ਦੇ ਬਿਲਕੁਲ ਤਾਜ਼ਾ ਪੋਲੀਟੀਕਲ ਰਿਐਕਸ਼ਨ, ਫਿਰ ਸਿੱਧੂ ਔਰ ਪੂਰੇ ਮਾਹੌਲ ਦੇ ਉੱਤੇ ਖਾਸ ਗੱਲ ਕਰਾਂ। ਅਪ ਟੂ ਨਵਜੋਤ ਸਿੱਧੂ ਐਕਸਪਲੇਨ ਕਰੇ, ਮੈਂ ਉਸ ਦੇ ਬਾਰੇ ਮੈਂ ਕੁਛ ਨਹੀਂ ਬੋਲਣਾ ਚਾਹ ਰਹਾ ਹੂੰ। ਜੋ ਉਸ ਨੇ ਮੁਝੇ ਕਹਾ ਥਾ ਪਰਮਿਸ਼ਨ ਚਾਹੀਏ ਪਾਕਿਸਤਾਨ ਜਾਣੇ ਕੋ, ਮੈਨੇ ਫਾਰਵਰਡ ਕਰ ਦੀ ਦਿੱਲੀ ਐਕਸਟਰਨਲ ਅਫੇਅਰਸ ਮਿਨਿਸਟਰੀ ਕੋ, ਅਬ ਉਨਕੀ ਮਰਜ਼ੀ ਹੈ ਦੇ ਨਾ ਦੇ। ਇਨਵੀਟੇਸ਼ਨ ਕਾ ਜੋ ਪਹਿਲਾ ਪ੍ਰੋਗਰਾਮ ਸ਼ੁਰੂ ਹੋ ਰਹਾ ਹੈ ਵੋ 11 ਵਜੇ ਕਾ ਹੈ, ਤੋ ਅਗਰ ਉਹਨੇ ਯਹੀ ਮੰਗੀ ਹੈ ਪਰਮਿਸ਼ਨ ਕਿ ਹੋ ਸਕਤਾ ਹੈ ਯਹਾਂ ਸੇ ਜੋ ਜੱਥਾ ਜਾਏ ਵੋ ਥੋੜ੍ਹਾ ਲੇਟ ਹੋ ਜਾਏ, ਤੋ ਅਗਰ 9 ਵਜੇ ਤੱਕ ਉਨਕੋ ਨਿਕਲਨੇ ਦੇਤੇ ਹੈ ਵਹਾਂ ਸੇ ਤੋ ਬਹੁਤ ਅੱਛੀ ਬਾਤ ਹੋਏਗੀ, ਕਿਉਂਕਿ ਉਹ ਪ੍ਰੋਗਰਾਮ ਤੋ ਇਮਰਾਨ ਜੀ ਕਾ ਇਨਵਾਈਟ ਹੈ ਤੋ ਉਸਕੋ ਅਟੈਂਡ ਕਰਨਾ ਤੋ ਟਾਈਮ ਪੇ ਹੀ ਜਾਣਾ ਪੜੇਗਾ, ਤੋ ਜਾਣਾ ਵੋ ਉਸੀ ਰਸਤੇ ਸੇ ਚਾਹੇਂਗੇ ਔਰ ਇਨ ਕੇਸ ਅਗਰ ਉਸ ਦਿਨ ਜੋ ਪਹਿਲਾ ਜੱਥਾ ਹੈ ਉਹ ਲੇਟ ਨਿਕਲ ਰਿਹਾ ਹੈ ਤੋ ਇੱਕ ਦਿਨ ਪਹਿਲੇ ਉਨਕੋ ਜਾਣੇ ਦੇ, ਵੋ ਗੁਰਦੁਆਰਾ ਸਾਹਿਬ ਮੇਂ ਹੀ ਰਹਿਣਾ ਚਾਹ ਰਹੇ ਹੈ, ਵਹੀਂ ਸੋਨਾ ਚਾਹ ਰਹੇ ਹੈ, ਵਹੀਂ ਰਹਿ ਕੇ ਪਾਠ ਕਰੇਂਗੇ ਔਰ ਅਗਲਾ ਦਿਨ ਸੁਬਹ ਪ੍ਰੋਗਰਾਮ ਅਟੈਂਡ ਕਰ ਲੇਂਗੇ। ਮੇਰੀ ਬਾਤ ਸੁਣੀ, ਆਜ ਮੈਂ ਸਿੱਧੂ ਕੋ ਜਹਾਂ ਆਉਣਾ ਚਾਹੀਏ ਥਾ ਹਾਊਸ ਮੇਂ, ਜੇ ਮੇਰੇ ਮਨ ਕੋ ਦੁੱਖ ਹੈ ਕਿ ਅਗਰ ਉਸਨੇ ਕਾਮ ਕੀਆ। ਦੇਖੀਏ ਕੋਈ ਜੋ ਮਰਜ਼ੀ ਕਹੇ, ਸਿੱਧੂ ਕਾ ਰੋਲ ਹੈ, ਸਿੱਧੂ ਕਾ ਇਸ ਕੋਰੀਡੋਰ ਕੋ ਲੈ ਕਰ ਆਉਣਾ ਸਿੱਧੂ ਕਾ ਰੋਲ ਹੈ, ਪਰ ਸਿੱਧੂ ਕੀ ਜੋ ਵੋ ਕਰ ਰਿਹਾ ਹੈ ਉਹ ਮੇਰੇ ਕੋ ਪਸੰਦ ਨਹੀਂ ਹੈ। ਉਸਕੋ ਵੋ ਕਰਨਾ ਚਾਹੀਏ ਜੋ ਲੋਕੋਂ ਕੀ ਪਸੰਦ ਹੈ, ਉਸਕੋ ਵੋ ਕਰਨਾ ਚਾਹੀਏ ਜੋ ਲੋਕ ਕਹਿ ਰਹੇ ਹੈ, ਉਸਕੋ ਵਹਾਂ ਡਿਰਬਾ ਬਣਾਉਣ ਕੇ ਵੀ ਆਉਣਾ ਚਾਹੀਏ। ਜਦ ਹਰਿਆਣੇ ਦੇ ਮੈਂਬਰ ਆ ਗਏ, ਪੰਜਾਬ ਦੇ ਮੈਂਬਰ ਆ ਗਏ, ਸਾਰੇ ਆ ਗਏ, ਅਤੇ ਮੈਂ ਸਮਝਦਾ ਉਹਨਾਂ ਦੀ ਵੀ ਜ਼ਿੰਮੇਵਾਰੀ ਸੀ ਕਿੱਥੇ ਨਾ ਕਿੱਥੇ, ਜਿਹੜੇ ਉਹਨਾਂ ਨੇ ਜਿਹੜੇ ਨੇ ਉਹਨਾਂ ਨੂੰ ਇਲੈਕਟ ਕੀਤਾ, ਉਹ ਸਾਰੀ ਅੱਜ ਲੈਟ ਡਾਊਨ ਕਿੱਥੇ ਨਾ ਕਿੱਥੇ ਮਹਿਸੂਸ ਫੀਲ ਕਰ ਰਹੇ ਹਨ। ਇਹਨਾਂ ਨੇ ਆਪਣੀ ਕੱਲ੍ਹ ਸਾਂਝੀ ਸਟੇਜ ਆਪਣੀ ਸਟੇਜ ਲਾਈ ਹੈ, ਭੰਗੜੇ ਨਾਲ ਸ਼ੁਰੂ ਕੀਤਾ ਜਾਂ ਕੋਈ ਕੀਰਤਨ ਨਾਲ ਸ਼ੁਰੂ ਕਰੋ ਕਿ ਅੱਜ ਕੋਈ ਗੁਰੂ ਸਾਹਿਬ ਦਾ
ਜਨਮ ਦਿਹਾੜਾ ਹੈ, ਆਪਾਂ ਜਿਵੇਂ ਹਿਸਟੋਰਿਕ ਰਿਲੀਜੀਅਸ ਸਿਸਟਮ ਨਾਲ ਉੱਥੇ ਤੁਸੀਂ ਭੰਗੜੇ ਪਾਓਗੇ, ਤੁਸੀਂ ਦੂਜੇ ਕਰੋ ਜੇ ਤੁਸੀਂ ਦੂਜੇ ਕਹੇ ਹੁਣ ਜਿਹੜੇ ਇੱਕ ਕੋਈ ਮੈਂ ਕਹਿੰਦਾ ਇੱਕ ਹਰ ਚੀਜ਼ ਆ, ਹਰ ਘਰੇ ਬਰਥਡੇ ਹੋਏ ਹੋਰ ਚੀਜ਼ ਹੈ, ਗੁਰੂ ਸਾਹਿਬ ਦਾ ਜਨਮ ਦਿਨ ਹੈ। ਸੋ ਆਪਾਂ ਮੇਰਾ ਮਤਲਬ ਕਿ ਆਪਾਂ ਉਸ ਟਾਈਮ ਇਹਨਾਂ ਨੂੰ ਪ੍ਰੋਟੋਕਾਲ ਪਤਾ ਨਹੀਂ, ਇਹਨਾਂ ਸਾਹਮਣੇ ਦਾ ਮੇਲਾ ਦਾ ਜੇ ਇਹਨਾਂ ਦੇ ਬੱਸ ਚੱਲੇ ਤਾਂ ਸ਼ਾਮ ਨੂੰ ਤਾਂ ਵਿਸਕੀ ਉਸਕੀ ਪੀਂਦੇ ਹੀ ਹੋਣੇ ਸਾਰੇ, ਕਾਂਗਰਸ ਪੀਂਦੇ ਹੀ ਆ, ਉਹਦਾ ਮਤਲਬ ਉਹਦੇ ਦੂਜੇ ਕੰਮ ਲੱਗੇ ਹਨ। ਸੋ ਇਹਨਾਂ ਨਾਲ ਕੀ ਭਰੋਸਾ ਕੀ ਕਰਨਗੇ, ਅਤੇ ਖਾਸ ਕਰਕੇ ਕਾਂਗਰਸ। ਇਮਰਾਨ ਖਾਨ ਪੂਰੇ ਵਰਲਡ ਦੇ ਅੰਦਰ ਹਿੰਦੁਸਤਾਨ ਦੇ ਖਿਲਾਫ ਏਜੰਡਾ ਚਲਾ ਰਿਹਾ, ਟੈਰਰਿਸਟ ਕੈਂਪ ਚਲਾ ਰਿਹਾ, ਅਸੀਂ ਦੋਸਤ ਕਰਨੇ ਆ, ਲੇਕਿਨ ਸਿੱਧੂ ਸਾਹਿਬ ਦਾ ਯਾਰ ਹੀਰੋ ਇਮਰਾਨ ਖਾਨ। ਗੱਲ ਰਹੀ ਕ੍ਰੈਡਿਟ ਵਾਰ ਦੀ, ਸਿੱਧੂ ਸਾਹਿਬ ਤੁਹਾਡਾ ਬਿਆਨ ਜਿਹੜਾ ਤੁਸੀਂ ਅਟਾਰੀ ਜਦੋਂ ਤੁਸੀਂ ਬਾਜਵਾ ਨਾਲ ਜੱਫੀ ਪਾ ਕੇ ਆਏ ਸੀ, ਮੈਂ ਯਾਦ ਕਰਾ ਰਿਹਾ ਕਿ ਮੈਂ ਜਦੋਂ ਜੱਫੀ ਇਸ ਪਿੱਛੇ ਪਾਈ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਕਿ ਕਰਤਾਰਪੁਰ ਕੋਰੀਡੋਰ ਅਸੀਂ ਖੋਲ੍ਹ ਰਹੇ ਹਾਂ, ਯਾਨੀ ਤੁਸੀਂ ਰਿਕੁਐਸਟ ਨਹੀਂ ਕੀਤੀ, ਉਹਨਾਂ ਨੇ ਤੁਹਾਨੂੰ ਇਨਫੋਰਮ ਕੀਤਾ, ਯਾਨੀ ਤੁਸੀਂ ਕੋਈ ਨਿਵੇਦਨ ਲੈ ਕੇ ਨਹੀਂ ਗਏ, ਤੁਹਾਡਾ ਪ੍ਰਸਤਾਵ ਨਹੀਂ ਸੀ ਜਿਹੜਾ ਉਹਨਾਂ ਨੇ ਮੰਨ ਲਿਆ। ਭਾਈ ਇਹ ਰਾਜਨੀਤੀ ਹੈ, ਰਾਜਨੀਤੀ ਨਹੀਂ ਕਰਨੀ ਚਾਹੀਏ ਹਮੇ, ਹਮੇ ਹਮਾਰੇ ਦੋਨੋਂ ਦੇਸ਼ ਕੇ ਲੋਕ ਨਹੀਂ ਚਾਹਤੇ ਲੜਨਾ, ਲੇਕਿਨ ਇਹ ਜੋ ਪੋਲੀਟੀਸ਼ੀਅਨਸ ਹੈ, 70 ਸਾਲ ਪਾਕਿਸਤਾਨ ਕੇ ਪੋਲੀਟੀਸ਼ੀਅਨ ਨੇ ਨਫ਼ਰਤ ਕੀ ਰਾਜਨੀਤੀ ਕੀ ਭਾਰਤ ਕੇ ਖਿਲਾਫ਼, ਤੋ ਪਾਕਿਸਤਾਨ ਕਾ ਹਾਲ ਕਿਆ ਹੁਆ ਯੇ ਦੇਖੀਏ, ਔਰ ਅਬ ਉਨਸੇ ਯੇ ਹਮਾਰੇ ਲੋਕ ਸਿੱਖੇ ਨਹੀਂ, ਅਬ ਇਹਨੋਨੇ ਪਾਕਿਸਤਾਨ ਕੇ ਖਿਲਾਫ਼ ਵੈਸੀ ਰਾਜਨੀਤੀ ਕਰਨੀ ਸ਼ੁਰੂ ਕਰ ਦੀ ਹੈ, ਅਬ ਹਮਾਰਾ ਵੀ ਹਮਾਰੀ ਇਕਾਨਮੀ ਵੀ ਕੋਈ ਅੱਛੀ ਨਹੀਂ ਚੱਲ ਰਹੀ। ਸੋ ਵੱਖ ਵੱਖ ਧਿਰਾਂ ਦੇ ਪੋਲੀਟੀਕਲ ਰਿਐਕਸ਼ਨ ਸੁਣੇ, ਬੀਜੇਪੀ ਦੇ ਤਰੁਣ ਚੁੱਗ ਕਾਫੀ ਨਾਰਾਜ਼ ਨੇ, ਬੀਜੇਪੀ ਦੇ ਲੀਡਰ ਅਕਸਰ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਬਣਾਉਂਦੇ ਨੇ। ਵਿਕਰਮ ਮਜੀਠੀਆ ਵੀ ਤੁਸੀਂ ਸੁਣਿਆ, ਬੜਾ ਤੱਤਾ ਰਿਹਾ ਅੱਜ ਕਈ ਮੁੱਦਿਆਂ ਦੇ ਉੱਤੇ, ਨਵਜੋਤ ਸਿੰਘ ਸਿੱਧੂ ਤੇ ਸਾਰਿਆਂ ਦੇ ਤਿੱਖੇ ਬਿਆਨ ਆਏ ਨੇ, ਸਿੱਧੂ ਦੀ ਧਰਮ ਪਤਨੀ ਦਾ ਵੀ ਬਿਆਨ ਤੁਹਾਨੂੰ ਅਸੀਂ ਸੁਣਾਇਆ, ਨਵਜੋਤ ਕੌਰ ਸਿੱਧੂ ਦਾ, ਔਰ ਇਹਨਾਂ ਸਾਰੇ ਪੁਆਇੰਟਸ 'ਤੇ ਗੱਲ ਅੱਗੇ ਵਧਾਵਾਂਗੇ। ਸਟੂਡੀਓ 'ਚ ਲਗਭਗ ਪ੍ਰਮੁੱਖ ਧਿਰਾਂ ਦੇ ਨੁਮਾਇੰਦੇ ਮੌਜੂਦ ਨੇ, ਕਾਂਗਰਸ ਤੋਂ ਪ੍ਰਿਤਪਾਲ ਸਿੰਘ ਬਲੀਵਾਲ ਸਾਡੇ ਨਾਲ ਨੇ, ਕਾਂਗਰਸੀ ਆਗੂ ਨੇ, ਇੰਦਰਜੀਤ ਸਿੰਘ ਗਿੱਲ ਸਾਹਿਬ ਨੇ ਅਕਾਲੀ ਦਲ ਦੇ ਆਗੂ ਨੇ, ਬਲਕੌਰ ਸਿੰਘ ਨੇ ਸਾਡੇ ਨਾਲ, ਬਲੌਰ ਸਿੰਘ ਨੇ ਸਾਡੇ ਨਾਲ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ, ਔਰ ਸੀਨੀਅਰ ਪੱਤਰਕਾਰ ਵਿਜੇ ਮੌਰੀਆ ਸਾਹਿਬ ਵੀ ਸਾਡੇ ਨਾਲ ਉਚੇਚੇ ਤੌਰ 'ਤੇ ਮੌਜੂਦ ਨੇ, ਸਾਰੀਆਂ ਧਿਰਾਂ ਅੱਜ ਸਾਡੇ ਨਾਲ ਮੌਜੂਦ ਨੇ। ਪ੍ਰਿਤਪਾਲ ਜੀ, ਪਤਾ ਲੱਗਿਆ ਕਿ ਸਿੱਧੂ ਸਾਹਿਬ ਹੁਣ ਕਰਤਾਰਪੁਰ ਸਾਹਿਬ ਜੱਥੇ ਨਾਲ ਹੀ ਜਾਣਾ ਚਾਹੁੰਦੇ ਨੇ, ਆਪਣੇ ਸੰਗਤ ਨਾਲ ਔਰ ਮੱਥਾ ਟੇਕ ਕੇ ਜਾਣਾ ਚਾਹੁੰਦੇ ਨੇ ਫਿਰ ਉਦਘਾਟਨ ਦੇ ਸਮਾਗਮ 'ਤੇ, ਔਰ ਦੂਸਰਾ ਉਹ ਚਾਹੁੰਦੇ ਨੇ ਵੀ ਸਾਨੂੰ ਮਨਜ਼ੂਰੀ ਮਿਲ ਜਾਵੇ, ਮੈਂ ਇੱਕ ਰਾਤ ਪਹਿਲਾਂ ਹੀ ਚੱਲ ਜਾਵਾਂ ਉੱਥੇ, ਮੱਥਾ ਟੇਕਾਂ ਅਤੇ ਸਵੇਰੇ ਉਦਘਾਟਨ ਦੇ ਸਮਾਗਮ 'ਚ ਜਾਵਾਂ। ਹੁਣ ਦਿਨ ਰਹਿ ਗਏ ਨੇ 2, 7 ਸ਼ੁਰੂ ਹੋ ਗਿਆ, ਅੱਜ ਦਾ ਰਹਿ ਗਿਆ ਅਤੇ 8 ਰਹਿ ਗਿਆ, 2 ਦਿਨ ਰਹਿ ਗਏ, 9 ਤਰੀਕ ਨੂੰ ਸਮਾਗਮ ਹੈ, ਕੀ ਲੱਗਦਾ ਕਦੋਂ ਕੁ ਮਨਜ਼ੂਰੀ ਮਿਲ ਸਕਦੀ ਹੈ ਉਹਨਾਂ ਨੂੰ, ਅਤੇ ਤੁਹਾਡੀ ਨਜ਼ਰ 'ਚ ਕੀ ਕਰਨਾ ਚਾਹੀਦਾ ਹੁਣ ਸਿੱਧੂ ਸਾਹਿਬ? ਦੇਖੋ, ਅੱਜ ਸਿੱਧੂ ਸਾਹਿਬ ਦਿੱਲੀ ਸੀਗੇ ਅਤੇ ਉਹ ਇਸੇ ਗੱਲ ਦੇ ਵਿੱਚ ਲੱਗੇ ਹੋਏ ਨੇ ਕਿ ਜਿਹੜੀ ਪਰਮਿਸ਼ਨ ਮਿਲਣੀ ਹੈ, ਕਿਉਂਕਿ ਪੰਜਾਬ ਸਰਕਾਰ ਨੇ 9 ਓਬਜੈਕਸ਼ਨ ਭੇਜਤਾ ਹੋਇਆ, ਮੁੱਖ ਸਕੱਤਰ ਨੇ ਵੀ ਗਾਹਾਂ ਚਿੱਠੀ ਫਾਰਵਰਡ ਕਰਤੀ ਹੈ ਕਿ ਉਹਨਾਂ ਦਾ ਜਿਹੜਾ ਵੀਜ਼ੇ ਦੀ ਕਾਰਵਾਈ ਹੈ ਅਤੇ ਪਰਮਿਸ਼ਨ ਆ, ਹੁਣ ਸੈਂਟਰਲ ਗੌਰਮੈਂਟ ਨੇ ਦੇਣੀ ਹੈ ਅਤੇ ਸੈਂਟਰਲ ਗੌਰਮੈਂਟ ਨੂੰ ਉਹ ਲਿਖ ਕੇ ਦੇ ਚੁੱਕੇ ਕਿ ਆਹ ਚੀਜ਼ਾਂ ਦੇ ਵਿੱਚ ਮੈਂ ਜਾਣਾ, ਚਲੋ ਅਤੇ ਮਿਲ ਵੀ ਜਾਣੀ ਚਾਹੀਦੀ ਹੈ ਪਰਮਿਸ਼ਨ, ਬਾਬੇ ਦੇ ਦਰ 'ਤੇ ਜਾਣਾ ਵਾ, ਚਾਹੇ 9 ਤਰੀਕ ਨੂੰ ਜਾਣਾ, ਚਾਹੇ 8 ਨੂੰ ਜਾਣਾ, ਚਾਹੇ 7 ਨੂੰ ਜਾਣਾ, ਅਤੇ ਸੈਂਟਰਲ ਗੌਰਮੈਂਟ ਨੂੰ ਮੇਰੇ ਹਿਸਾਬ ਨਾਲ ਕੋਈ ਓਬਜੈਕਸ਼ਨ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਜਾਣ ਨਾਲ ਉੱਥੇ, ਅਤੇ ਉਹ ਆਈ ਥਿੰਕ ਪਰਮਿਸ਼ਨ ਜਲਦੀ ਉਹਨਾਂ ਨੂੰ ਮਿਲ ਜੂਗੀ ਅਤੇ ਜਲਦ ਉੱਥੇ ਦਰਸ਼ਨ ਕਰਨ ਜਾਣਗੇ ਜੋ ਵੀ, ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਵੀ ਆਇਆ ਉੱਧਰੋਂ ਪਾਕਿਸਤਾਨ ਵੱਲੋਂ ਵੀ, ਅਤੇ ਹੋਪਸ ਹੋ ਆ ਕਿ ਜਾਣਾ ਚਾਹੀਦਾ ਅਤੇ ਜਾਣ ਵੀ। ਇੱਕ ਇੱਕ ਪੁਆਇੰਟ 'ਤੇ ਗੱਲ ਅੱਗੇ ਵਧਾਵਾਂਗੇ। ਨਵਜੋਤ ਸਿੰਘ ਸਿੱਧੂ, ਅੱਜ ਬਾਬੇ ਨਾਨਕ ਦੇ ਸਿੱਖਿਆਵਾਂ ਦੇ ਚਰਚਾ ਲਈ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਸੀ, ਕਾਫੀ ਦੇਰ ਦੀਆਂ ਗੱਲਾਂ ਹੋ ਰਹੀਆਂ ਸੀ ਕਿ ਅੱਜ 6 ਨਵੰਬਰ ਨੂੰ ਸੈਸ਼ਨ ਹੈ ਜਿਹੜਾ ਉਹ ਤੈਅ ਕੀਤਾ ਗਿਆ। ਮਨਮੋਹਨ ਸਿੰਘ ਹੁਣੀ ਆਏ, ਉਪ ਰਾਸ਼ਟਰਪਤੀ ਸਾਹਿਬ ਆਏ, ਕਈ MP ਆਏ, ਕਈ MLA ਆਏ, ਜੇ ਨਵਜੋਤ ਸਿੰਘ ਸਿੱਧੂ ਅੱਜ ਚਲੇ ਜਾਂਦੇ ਤਾਂ ਜ਼ਿਆਦਾ ਚੰਗਾ ਨਹੀਂ ਸੀ ਹੋਣਾ?
ਦੇਖੋ ਇਹ ਉਹਨਾਂ ਦਾ ਪ੍ਰੈਗੇਟਿਵ ਹੈ ਕਿ ਉਹ ਗਏ ਕਿ ਨਹੀਂ ਗਏ ਤੇ ਉਹਨਾਂ ਦੀ ਕੀ ਮਜਬੂਰੀਆਂ ਸੀ। ਉਹ ਤਾਂ ਨਹੀਂ ਗਏ, ਦੇਖੋ ਨਹੀਂ ਗਏ ਉਹ ਇਸ ਕਰਕੇ ਮੇ ਬੀ ਉਹ ਦਿੱਲੀ ਦੇ ਵਿੱਚ ਅੱਜ ਕਿਉਂਕਿ ਉੱਥੋਂ ਦੇ ਵੀਜ਼ੇ ਦੀ ਪ੍ਰਕਿਰਿਆ ਚੱਲਦੀ ਸੀ, ਉਹਨਾਂ ਨੇ ਮਿਲਣਾ ਹੋਣਾ ਮਿਨਿਸਟਰੀ ਦੇ ਵਿੱਚ, ਕਿਉਂਕਿ ਦਿਨ ਬੜੇ ਸ਼ਾਰਟ ਰਹਿ ਗਏ ਨੇ, 2-3 ਦਿਨ ਰਹਿ ਗਏ ਨੇ ਇਸ ਚੀਜ਼ ਨੂੰ ਸਾਰੀ ਕਾਰਵਾਈ ਹੋਣ। ਮੇ ਬੀ ਉਹ ਦਿੱਲੀ ਦੇ ਵਿੱਚ ਪਤਾ ਨਹੀਂ ਹੋਣਾ ਕਿ ਇਹਨਾਂ ਦਿਨਾਂ ਚ ਸਿੱਧੂ ਉਧਰ ਵੀਜ਼ੇ ਚ ਰੁੱਝੇ ਰੱਜੇ ਹੋਣੇ। ਦੇਖੋ ਨਹੀਂ ਤਾਂ ਦਿਨ ਪਹਿਲਾਂ ਵੀ ਰੱਖ ਸਕਦੇ ਸੀ ਉਹ ਸੈਸ਼ਨ ਦਾ। ਦੇਖੋ ਕੈਪਟਨ ਵੀ ਸਿੱਧੂ ਨੇ ਉਦੋਂ ਵੀਜ਼ਾ ਵੀਜ਼ਾ ਇੱਕ ਅੱਜ ਬਹੁਤ ਪਵਿੱਤਰ ਤਿਉਹਾਰ ਦੀ ਚਰਾ ਮਨਾਇਆ ਗਿਆ, ਇੱਕ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਕਿ 550ਵੇਂ ਗੁਰੂ ਸਾਹਿਬ ਦੇ ਗੁਰਪੁਰਬ ਤੇ ਪੰਜਾਬ ਵਿਧਾਨ ਸਭਾ ਤੇ ਹਰਿਆਣਾ ਵਿਧਾਨ ਸਭਾ ਦਾ ਜੁਆਇੰਟ ਸੈਸ਼ਨ ਬੁਲਾ ਕੇ ਮੈਂ ਉਹੀ ਦੇਖਿਆ ਵੱਡੀ ਚੀਜ਼ ਕੀਤੀ ਗਈ ਆ। ਪਰ ਜੇ ਸਿੱਧੂ ਸਾਹਿਬ ਨਹੀਂ ਗਏ, ਹੋਰ ਵੀ ਇੱਕ ਦੋ ਬੰਦੇ ਸੀਗੇ ਜਿਹੜੇ ਨਹੀਂ ਪਹੁੰਚੇ ਉਸ ਜਗ੍ਹਾ, ਪਰ ਮੇ ਬੀ ਉਹ ਦਿੱਲੀ ਦੇ ਵਿੱਚ, ਕਿਉਂਕਿ ਇੱਕ ਪਹਿਲਾ ਸੱਦਾ ਹੀ ਉਹਨਾਂ ਨੂੰ ਆਇਆ ਵਾ ਪਾਕਿਸਤਾਨ ਵੱਲੋਂ, ਇੱਕ ਨੰਬਰ ਤੇ ਆਇਆ ਵਾ, ਤੇ ਉਹ ਮੇ ਬੀ ਉੱਥੋਂ ਦੀ ਜਿਹੜੀਆਂ ਫਾਰਮੈਲਿਟੀਜ਼ ਨੇ ਉਹ ਵੀ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਹੋਣੀਆਂ, ਕਿਉਂਕਿ ਇੱਕ ਤੇ 2 ਪਰਸਨ ਨੂੰ ਛੁੱਟੀ ਆ ਦੁਬਾਰਾ ਇਸ ਚੀਜ਼ ਦੇ ਉੱਪਰ। ਮੇ ਬੀ ਛੁੱਟੀ ਹੈ, ਹਾਂ ਸ਼ਨੀਵਾਰ ਆ ਜਾਣਾ ਜੀ, ਸ਼ਨੀਵਾਰ ਛੁੱਟੀ ਹੈ, ਇਹਦਾ ਮਤਲਬ ਅੱਜ ਦਾ ਦਿਨ ਹੀ ਰਹਿ ਗਿਆ 7। ਹਾਂ ਤੇ ਮੇ ਬੀ ਇਸ ਕਰਕੇ ਉਹ ਉੱਥੇ ਜ਼ਿਆਦਾ ਉਸ ਚੀਜ਼ ਦੇ ਉੱਪਰ ਪਹੁੰਚੇ ਹੋਣ ਤੇ ਉਹਨਾਂ ਨੇ ਉਸ ਚੀਜ਼ ਨੂੰ ਪ੍ਰਾਇਓਰਟੀ ਦਿੱਤੀ ਕਿ ਉੱਧਰ ਜਾਣ ਵਾਲਾ ਸਮਾਂ ਪ੍ਰੋਪਰ ਹੋਊਗਾ ਜੀ। ਇੰਦਰਜੀਤ ਗਿੱਲ ਜੀ, ਤੁਸੀਂ ਕਿਵੇਂ ਵੇਖਦੇ ਹੋ? ਅੱਜ ਤਾਂ ਬਾਦਲ ਸਾਹਿਬ ਵੀ ਗਏ ਹੋਏ ਸੀ, ਬਜ਼ੁਰਗ ਆਮ ਤੌਰ ਤੇ ਬਿਮਾਰ ਰਹਿੰਦੇ ਆ, ਘੱਟ ਆਉਂਦੇ ਆ ਸੈਸ਼ਨ ਤੇ, ਪਰ ਅੱਜ ਗਏ ਸੀ, ਬਾਦਲ ਸਾਹਿਬ ਨੇ ਅੱਜ ਆਪਣੀ ਗੱਲ ਵੀ ਰੱਖੀ ਹੈ, ਤੁਸੀਂ ਕਿਵੇਂ ਵੇਖਦੇ ਹੋ ਅੱਜ ਦੀ ਸੈਸ਼ਨ ਦੀ ਕਾਰਗੁਜ਼ਾਰੀ ਨੂੰ? ਔਰ ਨਵਜੋਤ ਸਿੰਘ ਸਿੱਧੂ ਬਾਰੇ, ਬਿਕਰਮ ਮਜੀਠੀਆ, ਸਾਰੇ ਕਈ ਲੀਡਰ ਜਿਹੜੇ ਬੜੇ ਤੱਤੇ ਬਿਆਨ ਉਹਨਾਂ ਨੇ ਦਿੱਤੇ। ਦੇਖੋ ਜੀ, ਜਿਹੜਾ ਅੱਜ ਦਾ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਗਿਆ, ਮਹਾਰਾਜਾ ਸਾਹਿਬ ਉਹਦੇ ਲਈ ਵਧਾਈ ਦੇ ਪਾਤਰ ਨੇ ਜੀ, ਕਿਉਂਕਿ ਬੀਇੰਗ ਏ ਸਿੱਖ, ਪੋਲੀਟੀਕਲ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਤੇ ਹਰ ਬੰਦੇ ਲਈ ਇਹ ਫਰਜ਼ ਬਣਦਾ ਹੈ ਜਿੰਨਾ ਕੋਈ ਯੋਗਦਾਨ ਇਸ 550 ਸਾਲੇ ਚ ਪਾ ਸਕੇ ਉਹ ਪਾਵੇ। ਉਹਨਾਂ ਨੇ ਬਹੁਤ ਵਧੀਆ ਕੀਤਾ, ਜਿਹੜਾ ਉਹਨਾਂ ਨੇ ਇੱਕ ਹਰਿਆਣੇ ਦੀ ਵਿਧਾਨ ਸਭਾ ਨੂੰ ਵੀ ਨਾਲ ਸੱਦਿਆ, MLA ਨੂੰ, ਸਾਰਿਆਂ ਨੂੰ ਸੱਦਿਆ, ਔਰ ਗਵਰਨਰਸ ਨੂੰ ਸੱਦਿਆ, ਔਰ ਮਨਮੋਹਨ ਸਿੰਘ ਹੋਰਾਂ ਨੂੰ ਸੱਦਿਆ, ਉਪ ਰਾਸ਼ਟਰਪਤੀ ਜੀ ਨੂੰ ਸੱਦਿਆ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਿੱਧੂ ਜੀ ਨੂੰ ਜਾਣਾ ਚਾਹੀਦਾ ਸੀ, ਬੀਇੰਗ ਏ ਸਿੱਖ, ਬਾਕੀ ਸਾਰੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਨੇ। ਜਦੋਂ ਅਸੀਂ ਗੁਰੂ ਨਾਨਕ ਦੇ ਪੈਰੋਕਾਰ ਹਾਂ ਤਾਂ ਸਾਡੀ ਆਸਥਾ ਉਹਦੇ 'ਚ ਜੇ ਹੈਗੀ ਹੈ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਿੱਧੂ ਸਾਹਿਬ ਨੂੰ ਜਾਣਾ ਚਾਹੀਦਾ ਸੀ? ਜਾਣਾ ਚਾਹੀਦਾ ਸੀ। ਚਲੋ, ਬਾਦਲ ਸਾਹਿਬ ਬੋਲੇ, ਉਹਦੇ 'ਤੇ ਕੀ ਕਹਿਣਾ ਚਾਹੂੰਗੇ? ਬਾਦਲ ਸਾਹਿਬ ਬੋਲੇ, ਕੈਪਟਨ ਅਮਰਿੰਦਰ ਬੋਲੇ, ਕਈ ਲੀਡਰ ਬੋਲੇ ਸੈਸ਼ਨ 'ਚ। ਸੈਸ਼ਨ 'ਚ ਵਧੀਆ ਬੋਲੇ ਨੇ ਜੀ ਸਾਰੇ ਮੇਰੇ ਖਿਆਲ ਨਾਲ, ਕੋਈ ਕੈਪਟਨ ਸਾਹਿਬ ਨੇ ਵੀ ਕੋਈ ਮਾੜੀ ਗੱਲ ਨਹੀਂ ਕਹੀ, ਬਾਦਲ ਸਾਹਿਬ ਨੇ ਵੀ ਬਹੁਤ ਵਧੀਆ ਗੱਲਾਂ ਕੀਤੀਆਂ ਗੁਰੂ ਨਾਨਕ ਦੇ ਪੈਰੋਕਾਰ ਹੋਣ ਦੇ ਨਾਤੇ, ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮੁਤਾਬਕ, ਔਰ ਕੈਪਟਨ ਸਾਹਿਬ ਵੀ ਵਧੀਆ ਬੋਲੇ। ਸੋ ਮੈਨੂੰ ਤਾਂ ਕੋਈ ਉਹਨਾਂ 'ਚ ਕੋਈ ਇਹੋ ਜਿਹੀ ਗੱਲ ਲੱਗੀ ਨਹੀਂ ਜਿਹੜੀ ਕੋਈ ਗਲਤ ਹੋਵੇ ਜੀ। ਬਲੌਰ ਜੀ, ਤੁਹਾਡੀ ਕੀ ਟਿੱਪਣੀ ਹੈ? ਆਮ ਆਦਮੀ ਪਾਰਟੀ ਦੇ ਵੀ ਤੁਹਾਡੇ ਕਈ MP ਗਏ। ਦੇਖੋ ਜੀ, ਇਹ ਗੱਲਾਂ 'ਤੇ ਟਿੱਪਣੀ ਤਾਂ ਨਹੀਂ ਆਪਾਂ ਗੱਲ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਪੰਜਾਬ ਸਰਕਾਰ ਵਧਾਈ ਦੀ ਪਾਤਰ ਆ ਜੀ, ਜੋ ਗਿੱਲ ਸਾਹਿਬ ਨੇ ਕਿਹਾ ਬਿਲਕੁਲ ਸੱਚ ਆ, ਅਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਗਏ ਨੇ, ਵਿੱਚੋਂ ਕੋਈ ਨਹੀਂ ਵੀ ਗਏ ਹੋਣੇ, ਕਈਆਂ ਨੂੰ ਹੋਰ ਪਾਸੇ ਵੀ ਕਈ ਵਾਰ ਕੋਈ ਕਾਰੋਬਾਰ ਹੁੰਦੇ ਨੇ। ਅਤੇ ਜਿਹੜੀ ਸਿੱਧੂ ਸਾਹਿਬ ਵਾਲੀ ਗੱਲ ਆ, ਉਹ ਤਾਂ ਕਾਂਗਰਸ ਦੇ ਵੀਰ ਜਿਹੜੇ ਉਹਨਾਂ ਨੇ ਸਪਸ਼ਟ ਕਰਤੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਦੇਖਣਾ ਚਾਹੁੰਦੇ ਸੀ? ਅਸੀਂ ਤਾਂ ਅੱਜ, ਮੈਂ ਤਾਂ ਦੇਖੋ ਜੀ ਪਹਿਲੀ ਡਿਬੇਟ 'ਚ, ਅੱਜ ਤੋਂ ਪਹਿਲਾਂ ਡਿਬੇਟ ਕਰਕੇ ਗਿਆ, ਮੈਂ ਉਦੋਂ ਵੀ ਕਹੇ ਸਿੱਧੂ ਸਾਹਿਬ ਨੂੰ ਜਾਣਾ ਚਾਹੀਦਾ ਵਿਧਾਨ ਸਭਾ 'ਚ। ਵਿਧਾਨ ਸਭਾ 'ਚ ਜ਼ਰੂਰ ਜਾਣਾ ਚਾਹੀਦਾ ਸੀ, ਇਹ ਮਿਸਟੇਕ ਆ ਉਹਨਾਂ ਦੀ ਜਿਹੜੀ ਨਹੀਂ ਗਏ, ਪਰ ਠੀਕ ਆ, ਉਹਨਾਂ ਦੀ ਸੋਚ ਆ, ਸਾਡੀ ਆਪਣੀ ਸੋਚ ਆ, ਅਸੀਂ ਉਹਨਾਂ ਨੂੰ ਸੁਝਾਅ TV ਦੇ ਉਹ ਇਸ ਕਰਕੇ ਨਹੀਂ ਗਏ ਵੀ ਕੈਪਟਨ ਨਾਲ ਉਹਨਾਂ ਦਾ ਛੱਤੀ ਦਾ ਰੌਲਾ ਹੈ। ਚੈਨਲ ਰਾਹੀਂ, ਤੁਹਾਡੇ ਚੈਨਲ ਦੇ ਰਾਹੀਂ ਅਸੀਂ ਉਹਨਾਂ ਨੂੰ ਇੱਕ ਮਸ਼ਵਰਾ ਦਿੱਤਾ ਸੀਗਾ ਵੀ ਉਹਨਾਂ ਨੂੰ ਜਾਣਾ ਚਾਹੀਦਾ। ਫਿਰ ਉਹਨਾਂ ਦਾ ਉਸ ਤੋਂ ਬਾਅਦ ਜੋ ਚੈਨਲ 'ਤੇ ਸਵੇਰ ਦੀ ਚੱਲਦੀ ਹੈ ਉਹਨਾਂ ਦੀ ਵੀ, ਉਹਨਾਂ ਨੇ 2 ਚਿੱਠੀਆਂ ਲਿਖੀਆਂ ਨੇ ਕਰਤਾਰਪੁਰ ਜਾਣ ਦੇ ਲਈ, ਉਹ 'ਚ ਵੀ ਉਹ ਰੁੱਝੇ ਹੋਏ ਸੀਗੇ। ਤੁਹਾਡੀ ਗੱਲ ਠੀਕ ਆ ਵੀ ਉਹਨਾਂ ਨੂੰ ਮੱਥਾ ਟੇਕਦੇ ਗੁਰੂ ਨਾਨਕ ਦੇਵ ਜੀ ਦੇ
ਸਰੂਪ ਨੂੰ ਜਾ ਕੇ ਮੱਥਾ ਟੇਕ ਕੇ ਉਹ ਚਾਹੇ ਫਿਰ ਦਿੱਲੀ ਨਿਕਲ ਜਾਂਦੇ। ਹੁਣ ਇਹ ਨਹੀਂ ਪਤਾ ਵੀ ਦਿੱਲੀ ਅੱਜ ਗਏ ਨੇ ਕਿ ਕੱਲ੍ਹ ਹੀ ਗਏ ਹੋਏ ਨੇ ਜੀ। ਠੀਕ ਆ। ਨੰਬਰ 2 'ਤੇ ਤੁਸੀਂ ਇੱਕ ਸਵਾਲ ਕੀਤਾ ਵੀ ਸਾਰੀਆਂ ਪਾਰਟੀਆਂ ਦੇ ਅੱਜ ਬਾਦਲ ਸਾਹਿਬ ਜ਼ਰੂਰ ਜਾਣਾ ਸੀ, ਬਾਦਲ ਸਾਹਿਬ ਨੇ ਬਹੁਤ ਵਧੀਆ ਕੀਤਾ ਜਾਣਾ ਸੀ ਕਿਉਂਕਿ ਅੱਜ ਪਤਾ ਸੀ ਉੱਥੇ ਬਰਗਾੜੀ ਬਾਰੇ ਕੋਈ ਗੱਲ ਨਹੀਂ ਹੋਣੀ, ਉੱਥੇ ਗੁਰੂ ਨਾਨਕ ਦੇਵ ਜੀ ਦੇ ਫਲਾਸਫੀ ਬਾਰੇ ਗੱਲ ਹੋਣੀ ਆ। ਬਾਦਲ ਸਾਹਿਬ ਅੱਜ ਤਾਂ ਗਏ ਸੀ, ਨਹੀਂ ਕਦੇ ਨਹੀਂ ਜਾਂਦੇ ਹੁੰਦੇ ਜੀ। ਠੀਕ ਆ ਨਾ। ਬਰਗਾੜੀ ਨੂੰ ਛੱਡੋ, ਪਿਛਲੀ ਇਲੈਕਸ਼ਨ ਚ ਦੇਖ ਲਿਆ ਤੁਹਾਡਾ ਕੁਛ ਨਹੀਂ ਬਣਨਾ ਬਰਗਾੜੀ। ਦੇਖੋ ਜੀ ਅਸੀਂ ਦੇਖ ਲਿਆ, ਤੁਸੀਂ ਵੀ ਦੇਖ ਲਿਆ, ਜੇ ਤੁਸੀਂ ਇੱਕ ਜਿੱਤ ਕੇ ਤਾਂ 3 ਹਾਰੇ ਨਹੀਂ ਹੋ, ਸਾਡੀ ਤਾਂ ਇੱਕ ਅਸੀਂ ਤਾਂ ਛੱਡ ਕੇ ਗਏ ਆ, ਅਸੀਂ ਤਾਂ ਹਾਰਨਾ ਹੀ ਹਾਰਨਾ ਸੀਗਾ। ਗੱਲ ਇਹ ਆ ਜੀ, ਠੀਕ ਆ ਨਾ, ਜੀ ਚਲੋ ਤੁਹਾਡੀ ਗੱਲ ਕੰਪਲੀਟ ਹੋ ਗਈ। ਮਹਾਰਾਜ ਸਾਹਿਬ ਤੁਸੀਂ ਕਿਵੇਂ ਵੇਖਦੇ ਇਹ ਅੱਜ ਦਾ ਦਿਨ? ਇਹ ਵੀ ਇਤਿਹਾਸਿਕ ਦਿਨ ਸੀ ਜੀ, ਬਾਬੇ ਨਾਨਕ ਦੇ ਨਾਂ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਜੀ। ਮਨਮੋਹਨ ਸਿੰਘ ਸਾਡੇ ਬੜੇ ਸਤਿਕਾਰਯੋਗ ਪ੍ਰਧਾਨ ਮੰਤਰੀ ਰਹੇ ਨੇ, ਉਹ ਆਏ, ਸਾਡੇ ਮੌਜੂਦਾ ਉਪ ਰਾਸ਼ਟਰਪਤੀ ਆਏ ਜੀ। ਬੜਾ ਚੰਗਾ ਲੱਗਦਾ ਜੇ ਸਾਡੇ ਰਾਸ਼ਟਰਪਤੀ ਆ ਜਾਂਦੇ ਕਿਤੇ ਜੀ, ਜਾਂ ਨਰਿੰਦਰ ਮੋਦੀ ਆ ਜਾਂਦੇ। ਚਲੋ ਉਪ ਰਾਸ਼ਟਰਪਤੀ ਵੀ ਚਲੋ ਇੱਕ ਵੱਡੇ ਅਹੁਦੇਦਾਰ ਸੀ ਸਾਡੇ, ਉਹਨਾਂ ਦੀ ਡਿਊਟੀ ਲੱਗ ਗਈ ਹੋਣੀ ਹੈ, ਪਰ ਸਿੱਧੂ ਦਾ ਨਾਂ ਜਾਣਾ ਇਹਨੂੰ ਕਿਵੇਂ ਵੇਖਦੇ ਹੋ ਪੰਜਾਬ 'ਚ ਅੱਜ ਉਸ ਮਾਹੌਲ 'ਚ ਜਦੋਂ ਸਿੱਧੂ ਦਾ ਅਤੇ ਵਿਰੋਧੀ ਪਾਰਟੀਆਂ ਦੇ ਵਿੱਚ ਕਾਫੀ ਰੌਲਾ ਹੈ? ਸਿੱਧੂ ਦੇ ਪਾਕਿਸਤਾਨ ਜਾਣ ਤੇ ਲੈ ਕੇ ਟੀਕਾ ਟਿੱਪਣੀ ਕਰਦੇ ਆ ਬੀਜੇਪੀ ਵਾਲੇ ਵੀ, ਅਕਾਲੀ ਦਲ ਵੀ, ਪਿਛਲੇ ਸਮਿਆਂ 'ਚ ਵੀ ਸਿੱਧੂ ਨੂੰ ਬੜਾ ਕੁਝ ਉਹਨਾਂ ਨੇ ਕਿਹਾ, ਮੰਦਾ ਚੰਗਾ ਵੀ ਬੋਲੇ ਸਿੱਧੂ ਨੂੰ ਜੀ। ਜੀ ਜੀ ਡੱਲਾ ਸਾਹਿਬ, ਮੈਂ ਕਹਿੰਦਾ ਕਿ ਅੱਜ ਜਿਹੜਾ ਸੈਸ਼ਨ ਸੀਗਾ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਉਹਨਾਂ ਨੇ ਬੁਲਾਇਆ ਸੀਗਾ, ਇਹ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਵਧੀਆ ਇੱਕ ਪ੍ਰਯਾਸ ਸੀਗਾ। ਔਰ ਖਾਸ ਤੌਰ 'ਤੇ ਜਿਸ ਤਰ੍ਹਾਂ ਓਪੋਜੀਸ਼ਨ ਔਰ ਸਾਰੇ MLAs ਆਏ, ਕਾਂਗਰਸ ਪਾਰਟੀ ਦੇ ਵੀ ਆਏ, ਇੱਕ ਬਹੁਤ ਅੱਛਾ ਮੈਸੇਜ ਗਿਆ ਕਿ ਕੈਪਟਨ ਸਾਹਿਬ ਨੇ ਜਿਹੜਾ ਇਹ ਗੁਰੂ ਚਰਨਾਂ ਦੇ ਵਿੱਚ ਇੱਕ ਪ੍ਰੋਗਰਾਮ ਲਿਖਿਆ ਸੀਗਾ, ਉਹ ਵਧੀਆ ਨਿਬੇੜਤਾ। ਦੂਜੀ ਗੱਲ ਜਿਹੜੀ ਰਹਿ ਗਈ, ਤੁਸੀਂ ਕਹਿ ਰਹੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਅੱਜ ਨਹੀਂ ਆਏ, ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਵੇਂ ਕਿ ਕਾਂਗਰਸੀ ਸਾਡੇ ਸਾਥੀ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਸ਼ਾਇਦ ਕੋਈ ਪਾਕਿਸਤਾਨ ਜਾਣ ਦੇ ਸੰਬੰਧ ਵਿੱਚ ਲੈ ਕੇ ਕੋਈ ਫੋਰਨ ਮਿਨਿਸਟਰੀ ਦੇ ਵਿੱਚ ਕੋਈ ਕੰਮ ਕਾਜ ਵੀ ਸੀਗਾ, ਹੋ ਸਕਦਾ ਸਹੀ ਹੋਵੇ, ਲੇਕਿਨ ਮੈਂ ਸਮਝਦਾ ਉਹਨਾਂ ਨੂੰ ਸਾਰੇ ਕੰਮ ਛੱਡ ਕੇ ਇੱਕ ਵਾਰੀ ਇੱਦਾਂ ਦੇ ਸੈਸ਼ਨ 'ਚ ਜ਼ਰੂਰ ਆਉਣਾ ਚਾਹੀਦਾ ਸੀ। ਕਿਸੇ ਤਰੀਕੇ ਦੀ ਈਗੋ ਜਾਂ ਕਿਸੇ ਤਰੀਕੇ ਦਾ ਵੀ ਕੋਈ ਵਿਚਾਰ, ਕੈਪਟਨ ਸਾਹਿਬ ਨਾਲ ਟਕਰਾਵ, ਇੱਦਾਂ ਦੀ ਚੀਜ਼ਾਂ ਨੂੰ ਛੱਡ ਕੇ, ਕਿਉਂਕਿ ਇਹ ਜਿਹੜਾ ਸੈਸ਼ਨ ਸੀ ਸਿਰਫ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਸੀਗਾ ਸਾਰਾ ਕੁਛ, ਅੱਜ ਉਹਨਾਂ ਦੀ ਸਾਰੀ ਸ਼ਖਸੀਅਤ ਔਰ ਉਹਨਾਂ ਦੇ ਬਾਰੇ ਹੀ ਸਾਰੀ ਚਰਚਾ ਹੋਣੀ ਸੀਗੀ। ਤਾਂ ਮੈਂ ਸਮਝਦਾ ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਇੱਕ MLA ਵੀ ਨੇ, ਮੰਤਰੀ ਵੀ ਰਹਿ ਚੁੱਕੇ ਹੈ, ਔਰ ਇੱਕ ਸੈਲੀਬ੍ਰਿਟੀ ਵੀ ਨੇ, ਔਰ ਉਹ ਰਾਜਨੀਤੀ ਕਰ ਰਹੇ। ਮੈਂ ਸਮਝਦਾ ਕਿ ਉਹਨਾਂ ਨੇ ਅੱਜ ਜਿਹੜੀ ਅੱਜ ਜੋ ਉੱਥੇ ਨਹੀਂ ਗਏ ਉਹਦੇ ਨਾਲ ਉਹਨਾਂ ਨੇ ਇੱਕ ਆਪਣੀ ਜਿਹੜੀ ਰਾਜਨੀਤੀ ਕਰਨ ਦੀ ਇੱਕ ਜਿਹੜੀ ਸ਼ੈਲੀ ਨੇ, ਮੈਂ ਸਮਝਦਾ ਕਿ ਉਹਨਾਂ ਨੇ ਇਹ ਦੱਸਿਆ ਕਿਤੇ ਨਾ ਕਿਤੇ ਉਹ ਰਾਜਨੀਤੀ ਦੇ ਵਿੱਚ ਹਜੇ ਵੀ ਪੱਕੇ ਖਿਲਾੜੀ ਨਹੀਂ ਹੈਗੇ, ਉਹ ਕੱਚੇ ਖਿਲਾੜੀ ਨੇ ਹਜੇ ਵੀ। ਅੱਜ ਉਹਨਾਂ ਨੂੰ ਚਾਹੀਦਾ ਸੀਗਾ ਕਿਉਂਕਿ ਪੰਜਾਬ ਇਸ ਸੈਸ਼ਨ ਨੂੰ ਪੂਰਾ ਦੇਖ ਰਿਹਾ ਸੀਗਾ, ਜਿਹੜਾ ਸਿੱਖ ਭਾਈਚਾਰਾ ਫੋਰਨ 'ਚ ਵੀ ਬੈਠਾ ਦੇਖ ਰਿਹਾ ਸੀਗਾ ਉਹਨਾਂ ਨੂੰ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਕਿ ਸਿੱਧੂ ਨਹੀਂ ਗਏ ਤਾਂ ਸੈਸ਼ਨ ਬੇਕਾਰ ਹੋ ਗਿਆ, ਸਿੱਧੂ ਦੇ ਕਰਕੇ ਸੈਸ਼ਨ ਖਰਾਬ ਜਾਂ ਬੇਕਾਰ ਨਹੀਂ ਹੋਇਆ, ਸੈਸ਼ਨ ਨੇ ਆਪਣੀ ਗਰਿਮਾ ਬਣਾਈ ਰੱਖੀ। ਉੱਥੇ ਦੇਖੋ ਤੁਸੀਂ ਉਪ ਰਾਸ਼ਟਰਪਤੀ ਆਏ ਔਰ ਤੁਹਾਡੇ CM ਸਾਹਿਬ ਸੀਗੇ, ਬਾਦਲ ਸਾਹਿਬ ਸੀਗੇ, ਜਿਹੜੇ ਕਿ ਪੰਜਾਬ ਦੇ ਬਹੁਤ ਵੱਡੇ ਸਿਆਸਤਦਾਨ ਨੇ, ਕੋਈ ਛੋਟੇ ਸਿਆਸਤਦਾਨ ਨਹੀਂ, ਇਹਨਾਂ ਦਾ ਨਾਮ ਹੈ, ਕੱਦ ਹੈ, ਉਮਰ ਵੀ ਬਹੁਤ ਵੱਡੀ ਹੈ, 90 ਤੋਂ ਟੱਪ ਗਈ। ਹਾਂਜੀ, ਉਮਰ ਵੀ ਵੱਡੀ ਹੈ ਜੀ, ਉਮਰ ਵੀ ਵੱਡੀ, ਇਸ ਲਈ ਉਹਨਾਂ ਨੂੰ ਹਰ ਗੱਲ ਦੀ ਇੱਕ ਸਮਝ ਵੀ ਕਹਿ ਸਕਦੇ ਕਿ ਉਹ ਲੋਕ ਦੂਰਦ੍ਰਿਸ਼ਟੀ ਦੇ ਬੰਦੇ ਨੇ। ਔਰ ਜਿਸ ਤਰ੍ਹਾਂ ਅੱਜ ਸਿੱਧੂ ਸਾਹਿਬ ਉੱਥੇ ਨਹੀਂ ਗਏ, ਮੈਂ ਸਮਝਦਾ ਕਿ ਉਹਨਾਂ ਨੂੰ ਅੱਜ ਜਾਣਾ ਚਾਹੀਦਾ ਸੀ, ਨਾ ਜਾਣਾ ਉਹਨਾਂ ਦੇ ਕੁਝ ਕਾਰਨ ਹੋ ਸਕਦੇ, ਪਰ ਉਹਨਾਂ ਨੂੰ ਪਹਿਲ ਅੱਜ ਦੇ ਸੈਸ਼ਨ 'ਚ ਜ਼ਰੂਰ ਦੇਣੀ ਚਾਹੀਦੀ ਸੀ, ਜ਼ਰੂਰ ਦੇਣੀ ਚਾਹੀਦੀ ਸੀ ਜੀ। ਚਲੋ ਮੈਂ ਇੱਕ ਇੱਕ ਕਰਕੇ ਸਵਾਲ ਹੈ ਜਿਹੜਾ ਹੋਰ ਸ਼ੁਰੂ ਕਰਦਾ ਜੀ, ਨਵਜੋਤ ਸਿੰਘ ਸਿੱਧੂ ਨੇ ਕੀ ਕੈਪਟਨ ਅਮਰਿੰਦਰ ਨਾਲ ਨਾਰਾਜ਼ਗੀ ਤੋਂ ਬਾਅਦ ਆਪਣੇ ਆਪ ਨੂੰ ਜਮਾਂ ਹੀ ਦੂਰ ਕਰ ਲਿਆ ਵਿਧਾਇਕਾਂ ਤੋਂ, ਮੰਤਰੀਆਂ ਤੋਂ, ਕਿਸੇ ਵੀ
ਕਾਰਗੁਜ਼ਾਰੀ ਤੋਂ, ਜਿਵੇਂ ਅੱਜ ਉਹ ਸੈਸ਼ਨ 'ਚ ਵੀ ਨਹੀਂ ਗਏ, ਕਿ ਇਹ ਮੰਨਿਆ ਜਾਵੇ ਕਿ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਉਸ ਹੱਦ ਤੱਕ ਆ ਗਈ ਕਿ ਆਉਂਦੇ ਸੈਸ਼ਨਾਂ 'ਚ ਵੀ ਨਹੀਂ ਜਾਣਗੇ ਹੁਣ ਨਵਜੋਤ ਸਿੰਘ ਸਿੱਧੂ? ਇਹ ਹੋ ਸਕਦਾ ਦੇਖੋ, ਕਿਤੇ ਉਹਨਾਂ ਦੀ ਮੈਂਬਰੀ 'ਤੇ ਤਾਂ ਨਹੀਂ ਖਤਰਾ ਖੜਾ ਹੋ ਜੂ ਆਉਣ ਵਾਲੇ ਦਿਨਾਂ 'ਚ ਜੇ ਗੈਰ ਹਾਜ਼ਰੀਆਂ ਜ਼ਿਆਦਾ ਵੱਧ ਗਈਆਂ ਤਾਂ? ਦੇਖੋ, ਉਸ ਚੀਜ਼ ਤੋਂ ਪਹਿਲਾਂ ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਅੱਜ ਜੋ ਸੈਸ਼ਨ 'ਚ ਬਹੁਤ ਵੱਡੀ ਗੱਲ ਹੋਈ ਆ, ਉਹ ਸੈਸ਼ਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਸ ਤੋਂ ਸ਼ੁਰੂ ਕੀਤਾ ਗਿਆ ਕਿ ਜਿਹੜਾ ਇਨਵਾਇਰਮੈਂਟ ਆ, ਕਿ ਉਹ ਬਾਬੇ ਨਾਨਕ ਦੀ ਉਸ ਵੇਲੇ ਦੀ ਫਿਲੋਸਫੀ ਸੀ ਕਿ ਇਹਨੂੰ ਵਧੀਆ ਚੰਗੇ ਤਰੀਕੇ ਨਾਲ ਰੱਖਿਆ ਜਾਵੇ, ਪਾਣੀ ਸਾਫ਼ ਹੋਵੇ, ਇਨਵਾਇਰਮੈਂਟ ਸਾਫ਼ ਹੋਵੇ, ਧਰਤੀ 'ਤੇ ਆਪਾਂ ਪਹੁੰਚੀ, ਇਸ ਚੀਜ਼ 'ਤੇ ਫੋਕਸ ਰੱਖਿਆ ਗਿਆ ਇਸ ਸੈਸ਼ਨ ਨੂੰ, ਤਾਂ ਜੋ ਗੁਰੂ ਸਾਹਿਬ ਦੇ ਫਲਸਫੇ 'ਤੇ ਆਪਾਂ ਸਾਰੇ ਅੱਗੇ ਵਧ ਸਕੀਏ। ਉਹ ਤੋਂ ਬਾਅਦ ਜਿਹੜੇ ਉਪ ਰਾਸ਼ਟਰਪਤੀ ਸਾਹਿਬ ਦੀ ਗੱਲ ਹੈ ਕਿ ਉਹ ਜਿਹੜੇ ਸੀਗੇ, ਉਹ ਜਿਹੜਾ ਆਪਣਾ ਅਪਰ ਹਾਊਸ ਹੈ ਰਾਜ ਸਭਾ, ਉਹਦੇ ਸਭਾਪਤੀ ਨੇ, ਉਸ ਚੀਜ਼ ਨੂੰ ਜਦੋਂ ਵੀ ਕੋਈ ਵੱਡਾ ਸੈਸ਼ਨ ਹੁੰਦਾ ਵਾ ਤਾਂ ਉਹਦੀ ਸਪੀਕਰ ਦੇ ਭੂਮਿਕਾ ਉਹਨਾਂ ਦੀ ਹੁੰਦੀ ਹੈ ਚੇਅਰਮੈਨ ਦੇ ਤੌਰ 'ਤੇ, ਇਸ ਕਰਕੇ ਉਹਨਾਂ ਨੇ ਇਹ ਸੈਸ਼ਨ ਲੀਡ ਕੀਤਾ। ਤੀਜੀ ਗੱਲ ਜਿਹੜੀ ਸਿੱਧੂ ਸਾਹਿਬ ਅਤੇ ਬਾਕੀ ਜਗ੍ਹਾ 'ਤੇ ਚੱਲਦੀ ਹੈ, ਇਹਦੇ 'ਚ ਕਈ ਐਮ ਪੀ ਵੀ ਨਹੀਂ ਆਏ ਹੈਗੇ ਜਿਨ੍ਹਾਂ ਨੂੰ ਸੱਦਾ ਪੱਤਰ ਦਿੱਤਾ, ਚਾਹੇ ਉਹ ਭਗਵੰਤ ਮਾਨ ਨੇ, ਚਾਹੇ ਸੁਖਬੀਰ ਬਾਦਲ ਨੇ, ਇਹਨਾਂ ਸਾਰਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਕਿ ਜੁਆਇੰਟ ਸੈਸ਼ਨ ਹੈ। ਕਾਂਗਰਸ ਦੇ ਸਾਰੇ ਐਮ ਪੀ ਪਹੁੰਚੇ ਨੇ, ਅਕਾਲੀ ਦਲ ਦੇ ਨਹੀਂ ਪਹੁੰਚੇ, ਹਰਸਿਮਰਤ ਬਾਦਲ ਵੀ ਇਨਵਾਈਟਿਡ ਸੀ, ਉਹ ਵੀ ਨਹੀਂ ਪਹੁੰਚੇ। ਆਪਾਂ ਕੱਲੇ ਸਿੱਧੂ ਸਾਹਿਬ 'ਤੇ ਕੰਸਟਰੇਟ ਨਾ ਕਰੀਏ ਕਿ ਇੱਕ ਵਿਧਾਨ ਸਭਾ ਦੇ ਮੈਂਬਰ ਹੋਣ ਕਰਕੇ ਉਹਨਾਂ ਨਾਲ ਬਹਿਣਾ ਜ਼ਰੂਰੀ ਸੀ। ਨਹੀਂ, ਸਿੱਧੂ 'ਤੇ ਕੰਸਟਰੇਟ ਇਸ ਕਰਕੇ, ਨਹੀਂ ਨਹੀਂ ਮੇਰੀ ਗੱਲ ਸੁਣ ਲਓ, ਕਿਉਂਕਿ ਸਿੱਧੂ ਦਾ ਯੋਗਦਾਨ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ 'ਚ, ਸਿੱਧੂ ਦਾ ਇੱਕ ਖਾਸ ਯੋਗਦਾਨ ਹੈ। ਸਿੱਧੂ ਸੁਨੇਹਾ ਵੀ ਲੈ ਕੇ ਆਇਆ ਪਾਕਿਸਤਾਨ ਦੇ ਪਾਸਿਓਂ, ਇਮਰਾਨ ਖਾਨ ਸਿੱਧੂ ਦੀ ਦੋਸਤੀ, ਇਹਦੀ ਭੂਮਿਕਾ ਤਾਂ ਰਹੀ ਹੈ ਲਾਂਘਾ ਖੁਲਵਾਉਣ 'ਚ, ਜਾਂ ਕਾਂਗਰਸ ਦੇ ਲੀਡਰ ਖੁੱਲ੍ਹੇ ਮਨ ਨਾਲ ਇਸ ਗੱਲ ਨੂੰ ਕਦੀ ਸਵੀਕਾਰ ਨਹੀਂ ਉਹਨਾਂ ਨੇ ਕੀਤਾ, ਇਸ ਕਰਕੇ ਸਿੱਧੂ ਦਾ ਤੇ ਕਾਂਗਰਸ ਦੇ ਲੀਡਰਾਂ ਦਾ ਫਰਕ ਪੈ ਗਿਆ ਆਪਸ ਵਿੱਚ? ਨਹੀਂ ਨਹੀਂ ਨਹੀਂ, ਸਾਰਿਆਂ ਨੇ ਸਵੀਕਾਰ ਕੀਤਾ ਕਿ ਜਿਹੜਾ ਜਿਹੜੀ ਸਾਡੀ ਵਿਰੋਧੀ ਪਾਰਟੀ ਸੀ, ਪਹਿਲਾਂ ਉਹੀ ਉਹਨੂੰ ਗੱਦਾਰ ਕਹਿਣਾ ਸ਼ੁਰੂ ਕਰਤਾ ਸੀ ਜਦੋਂ ਜੱਫੀ ਵਾਲੀ ਗੱਲ ਆਈ ਸੀ, ਜਦੋਂ ਕਰਤਾਰਪੁਰ ਦੀ ਆ ਕੇ ਗੱਲ ਕੀਤੀ ਉਦੋਂ ਵੀ ਕਹਿੰਦੇ ਕਿ ਝੂਠ ਬੋਲਦਾ, ਪਰ ਗੱਲ ਇਹ ਹੈ ਕਿ ਅੱਜ ਉਹ ਸੱਚਾਈ ਆ ਗਈ ਹੈ ਕਿ ਉਹ ਇੱਡਾ ਵਿਭਾਗਾ ਦਿੰਦਾ, 70 ਸਾਲਾਂ ਦੀ ਸਿੱਖਾਂ ਦੀ ਅਰਦਾਸ, ਨਾਨਕ ਨਾਮ ਲੇਵਾ ਲੋਕਾਂ ਦੀ ਅਰਦਾਸ ਜਿਹੜੀ ਉਹ ਪੂਰਨ ਹੋਣ ਜਾ ਰਹੀ ਹੈ, ਉਹਦੇ ਵਿੱਚ ਜਦੋਂ ਵੀ ਲਿਖਿਆ ਜਾਊਗਾ ਤਾਂ ਉਹਦੇ 'ਚ ਨਵਜੋਤ ਸਿੰਘ ਸਿੱਧੂ ਦਾ ਯੋਗਦਾਨ ਹਮੇਸ਼ਾ ਲਿਖਿਆ ਜਾਊਗਾ, ਨੋ ਡਾਊਟ। ਉਹ 'ਚ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਵੀ ਲਿਖੀ ਜਾਊਗੀ, ਉਹਦੇ 'ਚ ਇਮਰਾਨ ਖਾਨ ਦੀ ਭੂਮਿਕਾ ਵੀ ਲਿਖੀ ਜਾਊਗੀ, ਉਹਦੇ 'ਚ ਨਰਿੰਦਰ ਮੋਦੀ ਦੀ ਵੀ ਭੂਮਿਕਾ ਲਿਖੀ ਜਾਊਗੀ, ਕਿਉਂਕਿ ਇਹ ਦੋ ਦੇਸ਼ਾਂ ਦਾ ਮਾਮਲਾ ਸੀ, ਉਹਨੂੰ ਕੱਲਾ ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਜਾਂ ਇਮਰਾਨ ਖਾਨ ਜਾਂ ਨਰਿੰਦਰ ਮੋਦੀ ਇਕੱਲੇ ਇਹ ਫੈਸਲਾ ਨਹੀਂ ਲੈ ਸਕਦੇ, ਸਾਰਿਆਂ ਦਾ ਯੋਗਦਾਨ ਹੈ, ਕੰਬਾਈਨ ਯੋਗਦਾਨ ਹੈ। ਜਿੱਥੋਂ ਤੱਕ ਉਹਨਾਂ ਦੇ ਜਾਣ ਦੀ ਗੱਲ ਹੈ, ਉਹਨਾਂ ਨੂੰ ਉੱਥੋਂ ਸੱਦਾ ਆਇਆ, ਜਥੇ ਨਾਲ ਵੀ ਉਹ ਜਾ ਸਕਦੇ ਸੀ, ਮੈਨੂੰ ਨਹੀਂ ਅਜੇ ਇਸ ਚੀਜ਼ ਦੀ ਕਨਫਰਮੇਸ਼ਨ ਹੈਗੀ ਕਿ ਉਹਨਾਂ ਨੇ ਡਿਨਾਈ ਕਰਤਾ ਸੀ ਜਾਣ ਤੋਂ, ਬਿਲਕੁਲ ਡਿਨਾਈ ਨਹੀਂ ਕੀਤਾ ਉਹਨਾਂ ਨੇ ਮੀਡੀਆ ਰਿਪੋਰਟਸ ਨੇ ਇਹ ਜਾਣ ਦੀ। ਅੱਜ ਵੀ ਜਿਹੜੀ ਉਹਨਾਂ ਦੀ ਵਾਈਫ ਨੇ ਕਿਹਾ ਕਿ ਉਹਨਾਂ ਦਾ ਜਾਣ ਦਾ ਉਹ ਜਥੇ ਨਾਲ ਵੀ ਜਾ ਸਕਦੇ ਆ, ਉਹਨਾਂ ਦਾ ਬਿਲਕੁਲ ਨਾਮ ਆ ਵਿੱਚ, ਜਾਣ ਵਾਲੀ ਲਿਸਟ ਦੇ ਵਿੱਚ ਸਾਰੇ MLA ਸਾਰੇ MPs ਦਾ ਨਾਮ ਆ ਉਹਦੇ ਵਿੱਚ, ਉਹ ਜਾ ਸਕਦੇ ਆ ਦਰਸ਼ਨ ਕਰਨੇ। ਅਗਰ ਵੀਜ਼ਾ ਪਹਿਲਾਂ ਲੱਗ ਗਿਆ ਤਾਂ ਉੱਥੋਂ ਵਾਪਸੀ ਤੇ ਉਹ ਜਥੇ ਨਾਲ ਆ ਜਾਣਗੇ ਜੀ, ਜਾ ਕੇ ਦਰਸ਼ਨ ਦੇ ਦਰਜੇ ਆਪਾਂ ਕਰਤਾਰਪੁਰ ਸਾਹਿਬ ਦੇ ਕਰਨੇ ਆ, ਉਹ ਕੋਈ ਵੀ ਹੋ ਸਕਦਾ ਵਾ, ਉਹ ਸਾਡੇ ਮੈਂਬਰ ਆਫ ਪਾਰਲੀਮੈਂਟਸ ਵੀ ਹੋ ਸਕਦੇ ਨੇ, ਉਹ ਮੈਂਬਰ ਆਪਣੇ ਮਿਨਿਸਟਰਸ ਵੀ ਹੋ ਸਕਦੇ। ਜਿਵੇਂ ਹੁਣ ਇਹਨਾਂ ਨੇ ਗੱਲ ਕੀਤੀ ਸੁਖਬੀਰ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਵੱਡੇ ਬਾਦਲ ਸਾਹਿਬ ਆ ਗਏ, ਠੀਕ ਹੈ, ਜੇ ਉਹ ਵੀ ਆ ਜਾਂਦੇ ਤਾਂ ਚੰਗਾ ਹੋਣਾ ਸੀ, ਜਾਂ ਉਹ ਕਿਤੇ ਜ਼ਿਆਦਾ ਰੁੱਝ ਗਏ? ਬਿਲਕੁਲ ਆਉਣਾ ਚਾਹੀਦਾ ਸੀਗਾ ਜੀ, ਮੇਰੇ ਖਿਆਲ ਨਾਲ ਆਉਣਾ ਚਾਹੀਦਾ ਸੀ, ਬਾਕੀ ਕੋਈ ਰੁਝੇਵੇਂ ਹੋ ਗਏ ਹੋਣੇ ਜਿਹਦੇ ਕਰਕੇ ਨਹੀਂ ਆਏ ਉਹ, ਪਰ ਉਹਨਾਂ ਨੇ ਜੱਥੇ ਵਿੱਚ ਜਾਣ ਤੋਂ ਨਾਂਹ ਨਹੀਂ ਕੀਤੀ ਜੀ ਸਿੱਧੂ ਕੋਲ। ਮੈਂ ਸਮਝਦਾ ਸਿੱਧੂ ਨੇ ਤਾਂ ਜੱਥੇ ਨੂੰ ਜਾਣ ਚੋਂ ਨਾਂਹ ਨਹੀਂ ਕੀਤੀ, ਸਿੱਧੂ ਨੂੰ ਇਹ ਹੋ ਸਕਦਾ ਕਿ ਨਾ ਪੁੱਛਿਆ ਹੋਵੇ, ਜਾਂ ਇਹ ਹੋ ਸਕਦਾ ਸਿੱਧੂ ਨੂੰ ਚਿੱਠੀ ਪੱਤਰੀ ਹੋਈ ਹੋਵੇ, ਸਿੱਧੂ ਨੇ ਜਵਾਬ ਨਾ ਦਿੱਤਾ ਹੋਵੇ, ਉਹ ਗੱਲ ਚਲੋ ਵੱਖਰੀ ਹੋ ਸਕਦੀ, ਪਰ ਨਾ ਨੀ ਸਿੱਧੂ ਨੇ। ਦੇਖੋ ਸਿੱਧੂ ਨੇ ਹੁਣ ਜਿਹੜੀ ਚਿੱਠੀ ਲਿਖੀ, ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ, ਉਹਨੇ ਭਾਰਤ ਸਰਕਾਰ ਨੂੰ ਵੀ ਕਿਹਾ ਵੀ ਮੈਨੂੰ ਤਾਂ ਇੱਕ ਰਾਤ ਪਹਿਲਾਂ ਜਾਣ ਦੀ ਮਨਜ਼ੂਰੀ ਦੇ ਦਿਓ। ਬਾਕੀ 595 ਜਾ ਰਿਹਾ, ਹੋਰ ਕਿਸੇ ਨੂੰ ਸਪੈਸ਼ਲ ਕਾਲ ਕਿਉਂ ਨੀ ਆਈ?
ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਿੱਥੇ ਉੱਥੋਂ ਆਇਆ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੈਸੇਜ ਆਇਆ ਸੀ, ਡਾਕਟਰ ਮਨਮੋਹਨ ਸਿੰਘ ਨੂੰ ਵੀ ਆਇਆ ਹੋਇਆ ਵਾ। ਉਹਨਾਂ ਨੇ ਡਿਨਾਈ ਕੀਤਾ ਕਿ ਅਸੀਂ ਕਰਤਾਰਪੁਰ ਕੋਰੀਡੋਰ ਖੁੱਲਣਗਾ, ਉਦੋਂ ਇੱਥੋਂ ਜਥੇ ਦੇ ਰੂਪ ਚ ਜਾਵਾਂਗੇ। ਐਜ਼ ਅ ਫਰੈਂਡ ਇਮਰਾਨ ਖਾਨ ਨੇ ਉਹਨਾਂ ਨੂੰ ਸਪੈਸ਼ਲ ਸੱਦਾ ਦਿੱਤਾ, ਇਹਨਾਂ ਨੇ ਡਿਨਾਇਲ ਕੀਤਾ ਸੀ ਤਾਂ ਨਹੀਂ ਹੋ ਜਾ ਰਹੇ। ਨਹੀਂ ਤਾਂ ਨਰਿੰਦਰ ਮੋਦੀ ਨੂੰ ਵੀ ਉਹਨਾਂ ਨੇ ਸੱਦਿਆ, ਆਪਣਾ ਕੀ ਕਹਿੰਦੇ ਆ ਮਨਮੋਹਨ ਸਿੰਘ ਜੀ ਨੂੰ ਵੀ ਸੱਦਿਆ ਹੋਇਆ, ਉਹਨਾਂ ਨੂੰ ਕਾਰਡ ਆਏ ਨੇ, ਨਹੀਂ ਕਾਰਡ ਉਹਨਾਂ ਕੋਲ ਵੀ ਆਏ ਨੇ, ਬਿਲਕੁਲ ਆਏ ਨੇ ਕਾਰਡ। ਨਹੀਂ ਪਰ ਨਰਿੰਦਰ ਮੋਦੀ ਨੂੰ ਕੋਈ ਸੱਦਾ ਅਫੀਸ਼ੀਅਲ, ਮੇਰੀ ਜਾਣਕਾਰੀ ਚ ਨਹੀਂ, ਤੁਹਾਡੀ ਜਾਣਕਾਰੀ ਚ ਕਿਸੇ ਨੂੰ ਨਹੀਂ ਸੱਦਾ ਆਇਆ ਜੀ, ਸਿਰਫ ਇਕੱਲੇ ਸਿੱਧੂ ਸਾਹਿਬ ਨੂੰ ਸੱਦਾ ਆਇਆ ਜੀ, ਉੱਥੋਂ ਮਨਮੋਹਨ ਸਿੰਘ ਉਹਨਾਂ ਨੂੰ ਨੰਬਰ 1 ਦਾ ਕਾਰਡ ਨਵਜੋਤ ਸਿੰਘ ਸਿੱਧੂ ਨੇ, ਨੰਬਰ 1 ਦਾ ਕਾਰਡ ਨਵਜੋਤ ਸਿੰਘ ਸਿੱਧੂ ਦੇ ਨਾਂ ਤੇ। ਗੱਲ ਤਾਂ ਉਹੀ ਹੈ ਨਾ, ਆ ਗਿਆ ਸਰ, ਆ ਗਿਆ ਮੋਹਰਾ ਸਾਹਿਬ। ਜੇ ਸਿੱਧੂ ਨਹੀਂ ਗਿਆ ਤੇ ਗਏ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਵੀ ਨਹੀਂ, ਇਹਨੂੰ ਕਿਵੇਂ ਵੇਖੋ? ਦੇਖੋ ਕੀ ਹੁਣ ਹੁਣ ਜੇ ਦੇਖੋ ਡੱਲਾ ਸਾਹਿਬ, ਗੱਲ ਹੈ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਇੱਕ ਵੈਸੇ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਐਜ਼ ਏ ਸੀਨੀਅਰ ਲੀਡਰ ਔਰ ਉਹਨਾਂ ਦੇ ਫੈਮਿਲੀ ਮੈਂਬਰ ਹੋਣ ਦੇ ਕਾਰਨ ਉਹ ਆਲਰੇਡੀ ਉੱਥੇ ਮੌਜੂਦ ਸੀਗੇ, ਜਿਹਨੂੰ ਕਹਿੰਦੇ ਹਾਥੀ ਕੇ ਪਾਓ ਮੈਂ ਸਭ ਕਾ ਪਾਓ। ਸੁਖਬੀਰ ਬਾਦਲ ਵੈਸੇ ਵੀ MP ਹੈ ਔਰ ਹਰਸਿਮਰਤ ਕੌਰ ਵੀ MP ਵੀ ਸੱਦੇ ਗਏ ਸੀ, ਨਹੀਂ ਸੱਦੇ ਗਏ ਸੀਗੇ, ਡਾਕਟਰ ਮਨਮੋਹਨ ਸਿੰਘ ਵੀ ਰਾਜ ਸਭਾ ਦੇ ਮੈਂਬਰ, ਨਹੀਂ ਨਹੀਂ ਬਿਲਕੁਲ ਸੱਦੇ ਗਏ ਸੀ। ਦੇਖੀ ਗੱਲ ਪਤਾ ਕੀ, ਠੀਕ ਹੈ ਉਹ ਨਹੀਂ ਆਏ ਪਰ ਸਿੱਧੂ ਸਾਹਿਬ ਦਾ ਇਸ ਲਈ ਜਾਣਾ ਇੱਥੇ ਜ਼ਰੂਰੀ ਸੀਗਾ ਕਿਉਂਕਿ ਉਹ ਇਸ ਮਾਮਲੇ ਨੂੰ ਵਧਾ ਰਹੇ ਸੀ। ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੇ ਵਿੱਚ ਉਹਨਾਂ ਦਾ ਨਾਮ ਬੜਾ ਜ਼ੋਰਾਂ ਸ਼ੋਰਾਂ ਨਾਲ ਆ ਰਿਹਾ ਸੀਗਾ ਅਤੇ ਉਹਨਾਂ ਦੀ ਇੱਦਾਂ ਦੇ ਵਿੱਚ ਜ਼ਿੰਮੇਦਾਰੀ ਬਣਦੀ ਸੀਗੀ। ਦੇਖੋ ਗੱਲ ਇਹ ਹੈ ਜੀ ਕਿ ਉਹਨਾਂ ਨੂੰ ਇੱਕ ਪੋਲੀਟੀਕਲ ਜਿਹੜਾ ਵਿਅਕਤੀ ਹੁੰਦਾ ਉਹ ਸਮਾਜ ਦੀ ਸਮੇਂ ਦੀ ਨਬਜ਼ ਫੜਦਾ ਕਿ ਨਬਜ਼ ਕੀ ਇਹਦੀ ਬੁਖਾਰ ਹੈ ਕਿ ਠੀਕ ਹੈ ਕਿ ਕੀ ਹੈ। ਪੰਜਾਬ ਦੇ ਵਿੱਚ ਅੱਜ ਅਗਰ ਸਿੱਧੂ ਨੂੰ ਆਪਣਾ ਰਾਜਨੀਤਿਕ ਕੈਰੀਅਰ ਅੱਗੇ ਵਧਾਉਣਾ ਤਾਂ ਉਹਨੂੰ ਇਹ ਚਾਹੀਦਾ ਸੀ ਇਸ ਸੈਸ਼ਨ 'ਚ ਆਉਂਦੇ, ਮੱਥਾ ਟੇਕਦੇ ਚਲੇ ਜਾਂਦੇ, ਘੱਟੋ ਘੱਟ ਆਪਣੀ ਪ੍ਰੈਜੈਂਟੇਸ਼ਨ ਤਾਂ ਦੇ ਜਾਂਦੇ। ਔਰ ਮੈਨੂੰ ਲੱਗਦਾ ਕਿ ਜੋ ਸੈਸ਼ਨ ਅੱਜ ਜਿੰਨਾ ਵਧੀਆ ਹੋਇਆ ਉਸ ਮਾਹੌਲ 'ਚ ਸਿੱਧੂ ਸਾਹਿਬ ਦੀ ਪਿੱਠ ਥਪਥਪਾਉਣੀ ਸੀ ਪੰਜਾਬ ਦੇ ਲੋਕਾਂ ਨੇ ਕਿ ਠੀਕ ਹੈ ਜੀ ਸਿੱਧੂ ਨੇ ਸਾਰੇ ਆਪਣੇ ਗਿਲੇ ਸ਼ਿਕਵੇ, ਚਾਹੇ ਕੈਪਟਨ ਸਾਹਿਬ ਨਾਲ ਉਹਨਾਂ ਦੇ ਵਿਵਾਦ ਨੇ ਜਾਂ ਜੋ ਵੀ ਨੇ, ਜਾਂ ਪ੍ਰਕਾਸ਼ ਸਿੰਘ ਬਾਦਲ ਨੇ, ਕਿਸੇ ਨਾਲ ਵੀ ਉਹਨਾਂ ਦੇ ਕੋਈ ਵੀ ਐਰੋਗੈਂਟ ਹੈ, ਕੋਈ ਪ੍ਰੋਬਲਮ ਹੈ, ਕੁਛ ਵੀ ਹੈ, ਘੱਟੋ ਘੱਟ ਉਸ ਚੀਜ਼ਾਂ ਨੂੰ ਹਟਾ ਕੇ ਲੋਕਾਂ ਨੇ ਕਹਿਣਾ ਸੀ ਕਿ ਸਿੱਧੂ ਨੇ ਬਾਬੇ ਨਾਨਕ ਦੇ ਚਰਨ 'ਚ ਆਇਆ ਸੀਗਾ ਜੀ। ਇਸ ਚੀਜ਼ ਦਾ ਇੱਕ ਬਹੁਤ ਅੱਛਾ ਸੁਖਾਵਾਂ ਮਾਹੌਲ ਔਰ ਇੱਕ ਅੱਛਾ ਮੈਸੇਜ ਜਾਣਾ ਸੀਗਾ। ਮੈਂ ਸਮਝਦਾ ਕਿ ਸਿੱਧੂ ਸਾਹਿਬ ਨੇ ਨਾ ਜਾ ਕੇ ਕਿਤੇ ਨਾ ਕਿਤੇ ਰਾਜਨੀਤਿਕ ਗਲਤੀ ਜ਼ਰੂਰ ਕੀਤੀ ਹੈ, ਐਜ਼ ਏ ਧਾਰਮਿਕ ਗਲਤੀ ਤਾਂ ਚਲੋ ਮੈਂ ਨਹੀਂ ਕਹਿ ਸਕਦਾ, ਰਾਜਨੀਤਿਕ ਗਲਤੀ ਮੈਂ ਜ਼ਰੂਰ ਕਹਿ ਸਕਦਾ ਕਿ ਉਹਨਾਂ ਨੇ ਅੱਜ ਕੀਤੀ ਹੈ, ਉਹਨਾਂ ਨੂੰ ਜਾਣਾ ਜ਼ਰੂਰ ਚਾਹੀਦਾ ਸੀਗਾ। ਔਰ ਇਹਦੇ ਨਾਲ ਇੱਕ ਪੂਰੇ ਪੰਜਾਬ ਦੇ ਵਿੱਚ ਬਹੁਤ ਅੱਛਾ ਮੈਸੇਜ ਜਾਣਾ ਸੀ, ਸਿੱਖ ਭਾਈਚਾਰੇ 'ਚ ਵੀ ਅੱਛਾ ਮੈਸੇਜ ਜਾਣਾ ਸੀਗਾ, ਉਹਨਾਂ ਦੇ ਦੁਸ਼ਮਣਾਂ 'ਚ ਵੀ ਬੜਾ ਵਧੀਆ ਮੈਸੇਜ ਜਾਣਾ ਸੀਗਾ ਕਿ ਲਓ ਜੀ ਇਹ ਬੰਦਾ ਸੈੱਟ ਕਰ ਗਿਆ ਕੰਮ ਜੀ। ਚਲੋ ਮੈਂ ਇੱਕ ਨਾਲ ਹੀ ਸਵਾਲ ਜੀ ਜੀ ਜਿਹੜੀ ਸੂਚੀ ਦੀ ਗੱਲ ਹੋਈ ਸੀ ਮੈਂ ਇੱਕ ਇੱਕ ਕਰਕੇ ਲੈਂਦਾ। ਸੂਚੀ ਭਾਰਤ ਦੀ ਸਰਕਾਰ ਨੇ ਕਿਹਾ ਸੀ 8 ਕੈਦੀ ਰਿਹਾ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ। ਸੋ ਕੋਈ ਨਾਮ ਨੂੰ ਹਜੇ ਤੱਕ ਜ਼ਹਿਨ 'ਚ ਆਏ, ਹਜੇ ਤੱਕ ਨਾਮ ਵੀ ਨਹੀਂ ਸਾਰਵਜਨਿਕ ਕੀਤੇ ਗਏ ਕਿ ਕਿਹਨਾਂ ਨੂੰ ਰਿਹਾ ਕੀਤਾ ਜਾ ਰਿਹਾ। ਦੇਖੋ ਜੀ ਜਿਹੜੀ ਸੂਚੀ ਮਾਫ ਹੋਈ ਸੀ ਉਹ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਹੋਈ ਸੀ, ਕਿਉਂਕਿ ਪੰਜਾਬ ਸਰਕਾਰ ਨੇ ਇਹਨਾਂ ਤੇ ਨੋ ਓਬਜੈਕਸ਼ਨ ਦੇਣਾ ਸੀ ਤੇ ਨੋ ਓਬਜੈਕਸ਼ਨ ਦੇ ਕੇ ਪੰਜਾਬ ਸਰਕਾਰ ਨੇ ਅੱਗੇ ਭੇਜਤਾ। ਉਹ ਸਾਰੇ ਭੇਜਤੇ ਸੀਗੇ ਜਿਹੜੀ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ਼ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਲੀਅਰ ਕਰਤਾ ਸੀ, ਪੰਜਾਬ ਦੀ ਸਰਕਾਰ ਨੇ ਵੀ ਕਲੀਅਰ ਕਰਤਾ। ਸਾਰਿਆਂ ਦਾ ਇੱਕੋ ਮਤ ਹੈ ਕਿ ਕੈਪਟਨ ਪਨਿਸ਼ਮੈਂਟ ਵੀ ਨਹੀਂ ਹੋਣੀ ਚਾਹੀਦੀ। ਇਸ ਕਰਕੇ ਜਿਹੜੀ ਉਹ ਸੂਚੀ ਆ ਉਹਨੂੰ ਕੇਂਦਰ ਦਾ ਪ੍ਰੋਗੇਟਿਵ ਹੈ ਕਿ ਕਰੋ ਉਹਨੂੰ ਰਿਲੀਜ਼ ਕਰਦੇ ਨੇ। ਉਹਨਾਂ ਨੇ ਇੱਕ ਐਲਾਨ ਜ਼ਰੂਰ ਕਰਤਾ ਸੀ
ਪਰ ਐਲਾਨ ਤੋਂ ਹੁਣ ਪਿੱਛੇ ਗੁਰਪੁਰਬ ਵਾਲੇ ਵੀ ਕਰਦੇ ਵੀ ਉਹ, ਕਿਉਂਕਿ ਦੇਖੋ ਜਿੰਨੇ ਵੀ ਅਨਾਊਂਸਮੈਂਟ ਹੁੰਦੀ ਹੈ, ਦੀਵਾਲੀ ਤੇ ਕੈਦੀ ਛੱਡੇ ਜਾਂਦੇ ਆ, ਗੁਰਪੁਰਬ ਤੇ ਛੱਡੇ ਜਾਂਦੇ, ਇੱਕ ਦਿਨ ਪਹਿਲਾਂ ਅਨਾਊਂਸ ਹੁੰਦਾ ਵਾ। ਅੱਛਾ, ਇੱਕ ਦਿਨ ਪਹਿਲਾਂ? ਇੱਕ ਦਿਨ ਨੋਰਮਲੀ ਆਪਾਂ ਦੇਖਿਆ ਗਿਆ, ਇੱਕ ਦਿਨ ਪਹਿਲਾਂ ਅਨਾਊਂਸਮੈਂਟ ਹੁੰਦੀ ਹੈ ਕਿ ਇਹਨਾਂ ਨੂੰ ਤਰਸ ਦੇ ਆਧਾਰ ਤੇ ਇਸ ਖੁਸ਼ੀ ਦੇ ਮੌਕੇ ਦੇ ਆਧਾਰ ਤੇ ਇਹਨਾਂ ਨੂੰ ਛੱਡਿਆ ਜਾ ਰਿਹਾ। ਤਾਂ ਮੇ ਵੀ ਮੇਰੇ ਹਿਸਾਬ ਨਾਲ ਇੱਕ ਅੱਧੇ ਦਿਨ ਪਹਿਲਾਂ ਉਹ ਸੂਚੀ ਰਿਲੀਜ਼ ਹੋ ਜੂਗੀ, ਜੇ ਨਹੀਂ ਹੁੰਦੀ ਤਾਂ ਫਿਰ ਉਹ ਕੇਂਦਰ ਦੇ ਤੁਸੀਂ ਇਹ ਗੱਲ ਨੋਟਿਸ ਚ ਲਿਆਂਦੀ, ਸ਼ਾਇਦ ਉਹਨਾਂ ਦਾ ਭਲਾ ਹੋ ਜਾਵੇ, ਸ਼ਾਇਦ ਨਾ ਵੀ ਕਰਨਾ ਚਾਹੁੰਦੇ ਹੋਏ, ਕਿਉਂਕਿ ਹੁਣ ਗੱਲ ਪ੍ਰੈਸ ਚ ਆ ਗਈ ਹੈ ਤਾਂ ਹੁਣ ਕਰਨਾ ਹੀ ਪੈਣਾ ਜੀ। ਕੁਝ ਦਿਨਾਂ ਤੋਂ ਗੱਲ ਠੰਡੀ ਹੋ ਗਈ ਜੋ ਮੈਂ ਮਹਿਸੂਸ ਕਰਨਾ, ਗੱਲ ਹੋ ਨਹੀਂ ਸੀ ਜ਼ਿਆਦਾ ਕਿ ਕਿਹਦਾ ਕਿਹਨਾਂ ਨੂੰ ਰਿਹਾਈ ਮਿਲਣੀ ਹੈ, ਕਿਹਨਾਂ ਦੀ ਫਾਂਸੀ ਉਮਰ ਕੈਦ ਚ ਬਦਲੀ ਹੈ, ਉਹ ਹਜੇ ਤੱਕ ਨੋਟੀਫਿਕੇਸ਼ਨ ਜਾਂ ਨਾਮ ਸਾਨੂੰ ਸਾਰਵਜਨਿਕ ਤੌਰ ਤੇ ਮਿਲੇ ਨਹੀਂ। ਨਾਮ ਤਾਂ ਸਰਵਜਨਿਕ ਹੋਏ ਸੀ, ਪ੍ਰੈਸ ਚ ਆਏ ਸੀਗੇ ਜੀ, ਪਰ ਨੋਟੀਫਿਕੇਸ਼ਨ ਕੈਦੀਆਂ ਦੇ ਨਾਮ ਨਹੀਂ ਸਰਵਜਨਿਕ, ਕੈਦੀਆਂ ਦੇ ਨਾਮ ਨਹੀਂ ਸਰਵਜਨਿਕ ਨਹੀਂ ਆਏ ਸੀਗੇ ਜੀ, ਕੈਦੀਆਂ ਦੇ ਨਾਮ ਵੀ ਆਏ ਸੀ, ਬਜਨ ਸਿੰਘ ਮਰਡਰ ਚ 3-4 ਬੰਦੇ ਸੀਗੇ, ਉਹ ਸੀਗੇ ਤੇ ਆਪਣੇ ਉਹ ਸਾਰੇ ਅੰਦਾਜ਼ੇ ਸੀ, ਅੰਦਾਜ਼ੇ ਸੀ, ਅਫੀਸ਼ੀਅਲ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਸੀ ਜਾਰੀ, ਉਹ ਅਫੀਸ਼ੀਅਲ ਨਾਮ ਨਹੀਂ ਸੀ, ਮੇਰਾ ਖਿਆਲ ਨਹੀਂ ਹੋ ਜੂਗਾ ਜੀ, ਅਫੀਸ਼ੀਅਲ ਨਾਮ ਕੋਈ ਨਹੀਂ ਸੀਗਾ ਜੀ ਉਹਨਾਂ ਚ, ਕਿਉਂਕਿ ਦੇਖੋ ਡੈਮੋ ਹਿੰਦੁਸਤਾਨ ਜਿਹੜੀ ਦੁਨੀਆ ਦੀ ਡੈਮੋਕ੍ਰੇਟਿਕ ਵੱਡੀ ਕੰਟਰੀ ਹੈ, ਜਿਹਦੇ ਚ ਪ੍ਰਾਈਮ ਮਿਨਿਸਟਰ ਐਜ਼ ਏ ਪ੍ਰਾਈਮ ਮਿਨਿਸਟਰ ਬਿਆਨ ਦਿੱਤੇ ਗਏ ਨੇ, ਗ੍ਰਹਿ ਮੰਤਰੀ ਨੇ ਕਿਹਾ ਸੀ ਕਰਨਗੇ ਤਾਂ ਜ਼ਰੂਰ। ਚਲੋ ਮੈਨੂੰ ਇਹ ਆ ਵੀ ਅਗਰ ਸਮੇਂ ਸਿਰ ਹੋ ਜਾਂਦੇ ਤੇ ਉਹ ਲੋਕ ਵੀ, ਪਰ ਤੁਹਾਡੇ ਥੈਂਕਫੁਲ ਪਰਿਵਾਰ ਵੀ, ਹੁਣ ਮੇਰਾ ਖਿਆਲ 100% ਹੋਊਗਾ ਜੀ। ਜੀ ਨਹੀਂ, ਚਲੋ ਉਹ ਤਾਂ ਸਰਕਾਰ ਨੇ ਕਿਹਾ ਤੇ ਕਰੂ ਜ਼ਰੂਰ ਸਰਕਾਰ। ਸੋ ਮੈਂ ਤਾਂ ਯਾਦ ਦਿਵਾਉਣਾ ਚਾਹੁੰਦਾ ਸੀ ਕਿ ਉਹ ਸਾਰੇ ਪਰਿਵਾਰ, ਕਿਉਂਕਿ ਬਹੁਤ ਲੋਕਾਂ ਨੇ ਇਹਦੇ ਪਿੱਛੇ ਸੰਘਰਸ਼ ਕੀਤੇ ਨੇ ਕਿ ਜਿਨ੍ਹਾਂ ਨੇ ਸਜ਼ਾ ਹੀ ਪੂਰੀ ਕਰ ਲਈ ਉਹਨਾਂ ਦੀ ਰਿਹਾਈ ਬਾਬਾ ਨਾਨਕ ਦੇ ਦਿਹਾੜੇ 'ਤੇ ਹੋਣੀ ਚਾਹੀਦੀ ਹੈ। ਸੋ ਸਿਆਸੀ ਏਜੰਡੇ ਵੀ ਨੇ ਪੋਲੀਟੀਕਲ ਪਾਰਟੀਆਂ ਦੇ, ਕਿਤੇ ਸਿਆਸੀ ਏਜੰਡਿਆਂ 'ਚ ਸਮਾਜਿਕ ਏਜੰਡੇ ਪਿੱਛੇ ਨਾ ਰਹਿ ਜਾਣ, ਮੇਰਾ ਮਨਸ਼ਾ ਇਹਦੇ ਪਿੱਛੇ ਇਹ ਸੀ। ਮਹਾਰਾਜ ਸਾਹਿਬ ਕੀ ਦੇਖਦੇ ਹੋ ਜੀ, ਜਿਹੜੀ ਕੈਦੀਆਂ ਦੀ ਰਿਹਾਈ ਹੈ, ਕੀ 8 ਕੈਦੀ ਹੋਣਗੇ, ਜਾਂ ਤੁਹਾਨੂੰ ਲੱਗਦਾ ਕਿ ਬੀਜੇਪੀ ਦੀ ਸਰਕਾਰ ਵੱਧ ਕੈਦੀਆਂ ਨੂੰ ਵੀ ਰਿਹਾਅ ਕਰ ਸਕਦੀ ਹੈ ਖੁਸ਼ੀ ਦੇ ਮੌਕੇ 'ਤੇ? ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਵੀ 550 ਸਾਲਾਂ ਦੇ ਮੌਕੇ 'ਤੇ 550 ਕੈਦੀਆਂ ਦੀ ਜਿਹੜੀ ਸਜ਼ਾ ਜਾਂ ਤਾਂ ਮਾਫ਼ੀ ਕਰਾਂਗੇ ਜਾਂ ਉਹਨਾਂ ਦੀ ਰਿਹਾਈ ਕਰਾਂਗੇ। ਨਹੀਂ ਡੱਲਾ ਸਾਹਿਬ, ਇਹ ਤਾਂ ਕੇਂਦਰ ਸਰਕਾਰ ਦਾ ਮੈਂ ਸਮਝਦਾ ਕਿ ਬਹੁਤ ਅੱਛਾ ਪ੍ਰਯਾਸ ਹੈ, ਔਰ ਉਹਨਾਂ ਨੂੰ ਜਿਹੜੇ ਸਿੱਖ ਕੈਦੀ ਨੇ ਉਹਨਾਂ ਨੂੰ ਜ਼ਰੂਰ ਰਿਹਾਅ ਕਰਨਾ ਚਾਹੀਦਾ, ਜਿਹੜੇ ਕਿੰਨੀ ਕਾਰਨਾਵਸ਼ ਡਾਕੂਮੈਂਟਰੀ ਪ੍ਰੋਬਲਮ ਕੋਈ ਹੋਰ ਪ੍ਰੋਬਲਮ ਹੈ ਉਹਦੇ ਵਜ੍ਹਾ ਨਾਲ ਰੁਕੇ ਪਏ ਆ, ਉਹਨਾਂ ਨੂੰ ਕਰਨਾ ਚਾਹੀਦਾ। ਔਰ ਜਿਹੜੀ ਤੁਸੀਂ ਉਮਰ ਕੈਦ ਵਾਲੀ ਵੀ ਗੱਲ ਸੀਗੀ, ਉਹ ਵੀ ਲੱਗਦਾ ਹਜੇ ਕੁਝ ਖੁੱਲ੍ਹ ਕੇ ਕੇਂਦਰ ਫੈਸਲਾ ਨਹੀਂ ਲੈ ਪਾ ਰਹੀ ਹੈ, ਔਰ ਇਹ ਤਾਂ ਕੰਮ ਜਲਦੀ ਕਰਨਾ ਚਾਹੀਦਾ ਇਹਨਾਂ ਨੂੰ। ਦੂਜੀ ਗੱਲ, ਇੱਕ ਮੈਂ ਨਵਜੋਤ ਸਿੰਘ ਸਿੱਧੂ 'ਤੇ ਹੋਰ ਕਹਿਣਾ ਚਾਹੁੰਦਾ ਸੀਗਾ ਜੀ, ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਔਰ ਇੰਟਰਨੈਸ਼ਨਲ ਸਤਰ 'ਤੇ ਜਿਸ ਤਰ੍ਹਾਂ ਪਾਪੂਲਰ ਨੇ, ਉਹ ਮੈਂ ਸਮਝਦਾ ਕਿ ਰਾਜਨੀਤੀ ਅੱਛੀ ਕਰ ਰਹੇ ਆ, ਔਰ ਇਸ ਰਾਜਨੀਤੀ ਦੇ ਵਿੱਚ ਇੰਨਾ ਕੋਈ ਗਲਤੀ ਨਾ ਐਸੀ ਕਰ ਬੈਠਣ ਜਿਹਦੇ ਨਾਲ ਉਹਨਾਂ ਦਾ ਕੈਰੀਅਰ ਡੈਮੇਜ ਹੋ ਜਾਵੇ, ਕਿਉਂਕਿ ਜਿਹੜੇ ਵੀ ਸਿਆਸਤਦਾਨ ਹੁੰਦੇ ਬੜੇ ਕਈ ਜਿਹੜੇ ਕਿ ਗਲਤੀਆਂ ਕਰਦੇ ਨੇ ਔਰ ਕਰਵਾਉਂਦੇ ਵੀ ਨੇ। ਔਰ ਤੁਸੀਂ ਇੱਕ ਚੀਜ਼ ਦੇਖੋ, ਆਪ ਪਾਰਟੀ ਜਿਸ ਤਰ੍ਹਾਂ ਪੰਜਾਬ 'ਚ ਇੱਕ ਹਨੇਰੀ ਦੀ ਤਰ੍ਹਾਂ ਆਈ ਸੀਗੀ, ਕੇਜਰੀਵਾਲ ਸਰ ਜਿਹੜੇ ਕੇਜਰੀਵਾਲ ਜਿਹੜੇ ਸੀਗੇ ਇੱਥੇ, ਉਹਨਾਂ ਨੇ ਪਾਰਟੀ ਨੂੰ ਬਹੁਤ ਵਧੀਆ ਮੂਵ ਕੀਤਾ ਪੰਜਾਬ 'ਚ, ਲੇਕਿਨ ਕੁਛ ਚੰਦ ਗਲਤੀਆਂ ਦੀ ਵਜ੍ਹਾ ਨਾਲ ਆਪ ਦਾ ਅੱਜ ਹਸ਼ਰ ਦੇਖ ਲਓ ਕਿੱਥੇ ਹੋ ਗਿਆ। ਮੈਂ ਕਹਿੰਦਾ ਕਿ ਸਿੱਧੂ ਨੂੰ ਕੈਪਟਨ ਦੇ ਨਾਲ ਜਿਹੜਾ ਟਕਰਾਵ ਹੈ, ਉਹਨੂੰ ਉਹ ਟਕਰਾਵ ਦੀ ਦਿਸ਼ਾ ਤੋਂ ਹਟ ਕੇ ਉਹ ਇੱਕ ਪੋਜ਼ਿਟਿਵ ਐਨਰਜੀ ਵਾਲੀ ਜਿਹੜੀ ਕਹਿੰਦੇ ਕਿ ਰਾਜਨੀਤੀ ਕਰਨ, ਉਹ ਐਸੀ ਕੋਈ ਰਾਜਨੀਤੀ ਨਾ ਕਰ ਬੈਠਣ ਜਿਹਦੇ ਨਾਲ ਉਹਨਾਂ ਦੇ ਕੈਰੀਅਰ ਦੇ ਗ੍ਰਾਫ ਖਰਾਬ ਹੋ ਜਾਵੇ, ਕਿਉਂਕਿ ਪੰਜਾਬ ਦੇ ਲੋਕ, ਅਸੀਂ ਵੀ ਉਹਨਾਂ ਨੂੰ ਪਸੰਦ ਕਰਦੇ ਹਾਂ, ਕਿ ਪੰਜਾਬ ਦੇ 'ਚ ਅਗਰ ਸੀ ਐੱਮ ਬਣਨ ਦੀ ਗੱਲ ਚੱਲ ਰਹੀ ਹੈ ਤਾਂ ਉਹ ਅਨਓਨੈਸਟ ਪਰਸਨ ਨੇ, ਅੱਛੇ ਬੰਦੇ ਨੇ, ਪਰ ਮੈਂ ਕਹਿ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਦਾ ਈਗੋ ਲੈਵਲ ਜ਼ਿਆਦਾ ਹਾਈ ਹੋ ਰਿਹਾ, ਉਹ ਉਹਨਾਂ ਨੂੰ ਰਾਜਨੀਤਿਕ ਨੁਕਸਾਨ ਨਾ ਪਹੁੰਚਾ ਦੇਵੇ। ਦੇਖੋ, ਮੈਂ ਇੱਕ ਐਡ ਆਨ ਕਰਨਾ ਚਾਹੂੰਗਾ ਗੱਲ,
ਕਿ ਜੇ ਸਿੱਧੂ ਸਾਹਿਬ ਅੱਜ ਸੈਸ਼ਨ ਜਾ ਕੇ ਹਾਜ਼ਰੀ ਲਵਾ ਕੇ ਵਾਪਸ ਆ ਜਾਂਦੇ ਤਾਂ ਮੀਡੀਆ 'ਤੇ ਰਿਪੋਰਟਾਂ ਆਉਣੀਆਂ ਸੀ ਕਿ ਰੁਸ ਕੇ ਚਲੇ ਗਏ, ਕੈਪਟਨ ਨੇ ਕੁਝ ਕਹਿਤਾ, ਨਹੀਂ ਕਹਿਤਾ। ਇਟਸ ਬੈਟਰ ਕਿ ਉੱਥੇ ਦਿੱਲੀ ਸੀਗੇ, 3 ਦਿਨ ਤੋਂ ਦਿੱਲੀ ਨੇ, ਜੋ ਮੇਰੇ ਕੋਲ ਖਬਰ ਹੈਗੀ ਹੈ, 3 ਦਿਨ ਤੋਂ ਇਸੇ ਵੀਜ਼ਾ ਪ੍ਰੋਸੈਸ ਦੇ ਵਿੱਚ ਚੱਲਦੇ ਪਏ ਨੇ। ਐਸੀ ਕੋਈ ਗੱਲ ਨਹੀਂ ਹੈਗੀ, ਕੋਈ ਮਤਲਬ ਨਹੀਂ ਹੈਗੇ, ਉਹਨਾਂ ਦੀ ਵਾਈਫ ਵੀ ਕਹਿ ਚੁੱਕੀ ਆ, ਉਹ ਹੁਣ ਥੋੜ੍ਹੇ ਦਿਨਾਂ ਦੇ ਵਿੱਚ ਅੱਗੇ ਆ ਜਾਣਗੇ। ਐਵੇਂ ਸਿਰਫ ਔਰ ਸਿਰਫ ਇੱਕ ਰਾਜਨੀਤੀ ਮੀਡੀਆ ਦੀ ਰਿਪੋਰਟਸ ਕਰਕੇ ਉਹ ਬਣੀ ਹੋਈ ਹੈ, ਕੋਈ ਹੈ ਨਹੀਂ ਗੀ। ਅੱਛਾ ਆਦਮੀ ਹੈ, ਪਾਰਟੀ ਲਈ ਕੰਮ ਕਰ ਰਹੇ ਨੇ ਤੇ ਅੱਗੇ ਵੀ ਕਰਦੇ ਰਹਿਣਗੇ ਸਾਡੇ। ਨਹੀਂ ਫਿਰ ਮਿਨਿਸਟਰੀ ਕਿਉਂ ਨਹੀਂ ਸਾਂਭਦੇ? ਦੇਖੋ ਪ੍ਰੋਟੈਸਟ ਦੇ ਤੌਰ ਤੇ ਤੁਸੀਂ ਇੱਕ ਅੱਧਾ ਸੈਸ਼ਨ ਮਿਸ ਕਰ ਲਓ, ਠੀਕ ਜੀ, ਪਰ ਜੇ ਤੁਸੀਂ ਆਦਤ ਬਣਾ ਲਓਗੇ ਕਿ ਮੈਂ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਚ ਨਹੀਂ ਜਾਊਂਗਾ, ਉਹ ਗਲਤ ਹੈ। ਪਿਛਲੇ ਸੈਸ਼ਨ ਚ ਅਗਰ ਜ਼ਿਆਦਾ ਸਿੱਧੂ ਅਗਰ ਸੈਸ਼ਨ ਚ ਆਉਂਦੇ ਦਿਨਾਂ ਚ ਵੀ ਗੈਰ ਹਾਜ਼ਰ ਰਹਿੰਦੇ ਨੇ, ਫਿਰ ਇਹ ਮੁੱਦਾ ਵੀ ਬਣੂਗਾ, ਮੈਂ ਉਹੀ ਕਹਿ ਰਿਹਾ ਜੀ, ਪੋਲੀਟੀਕਲ ਮੁੱਦਾ ਵੀ ਬਣੂਗਾ, ਔਰ ਲੋਕ ਫਿਰ ਇਹ ਵੀ ਮੰਗ ਕਰਨਗੇ ਵੀ ਜਾਂ ਤਾਂ ਸਿੱਧੂ ਸਾਹਿਬ ਅਸਤੀਫਾ ਦੇ, ਨਹੀਂ ਜੋ ਸਿਆਸਤ ਕਰ ਰਹੇ ਤਾਂ ਉਹਨਾਂ ਨੂੰ ਆਉਣਾ ਚਾਹੀਦਾ ਉੱਥੇ, ਨਾਲੇ ਗੱਲ ਚੰਗੀ ਹੈ। ਦੇਖੋ ਸਿੱਧੂ ਸਾਹਿਬ ਦੇ ਹੋਣ ਦੇ ਕਾਰਨ ਉਹਨਾਂ ਨੂੰ ਵੈਸੇ ਆਉਣਾ ਚਾਹੀਦਾ ਸੀ। ਇੱਕ ਗੱਲ ਚੰਗੀ ਹੈ ਨਵਜੋਤ ਸਿੱਧੂ ਦੀ ਕਿ ਉਹ ਆਪਣੇ ਹਲਕੇ ਦੇ ਲੋਕਾਂ 'ਚ ਵਿਚਰ ਰਹੇ ਨੇ, ਆਪਣੇ ਹਲਕੇ ਲਈ ਜੋ ਕਰ ਸਕਦੇ ਨੇ ਕਰ ਰਹੇ ਨੇ। ਜੌੜੇ ਪੁਲਾਂ ਦੀ ਉਸਾਰੀ ਲਈ ਵੀ ਉਹ ਉੱਤਰ ਭਾਰਤ ਦੇ ਰੇਲਵੇ ਦੇ GM ਨੂੰ ਮਿਲ ਕੇ ਆਏ ਨੇ, ਉਹ ਆਪਣੇ ਹਲਕੇ ਲਈ ਕੰਮ ਕਰ ਰਹੇ ਨੇ। ਪਰ ਇੱਕ ਦੋ ਵਾਰੀ ਤੁਸੀਂ ਇਹ ਸੈਸ਼ਨ 'ਚੋਂ ਗੈਰ ਹਾਜ਼ਰ ਰਹੋ ਗੁੱਸੇ ਵਜੋਂ, ਉਹ ਗੱਲ ਸਮਝ ਆਉਂਦੀ ਹੈ ਕਿ ਤੁਸੀਂ ਆਪਣਾ ਵਿਰੋਧ ਜਿਤਾ ਰਹੇ ਹੋ, ਪਰ ਜੇ ਤੁਸੀਂ ਹਰ ਸੈਸ਼ਨ ਮਿਸ ਕਰੋਗੇ ਉਹ ਗੱਲ ਗਲਤ ਹੋ ਜਾਂਦੀ, ਕਿਉਂਕਿ ਲੋਕਤੰਤਰ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਦੀ ਪਾਲਣਾ ਕਰਨੀ ਬੜੀ ਜ਼ਰੂਰੀ ਹੈ। ਉਸ ਤੋਂ ਬਿਨਾਂ ਸਿਆਸਤ ਮੈਨੂੰ ਲੱਗਦਾ, ਵੈਸੇ ਵੀ ਡੱਲਾ ਸਾਹਿਬ ਉਹ MLA ਐਜ਼ ਏ ਮੈਂਬਰ ਹੋਣ ਦੇ ਨਾਤੇ ਕਿਸੇ ਨਾਲ ਵੀ ਅਗਰ ਟਕਰਾਵ ਹੈ, ਕਿਸੇ ਤਰੀਕੇ ਦਾ ਮਨ ਮੁਟਾਵ ਹੈ ਕਿਸੇ ਨਾਲ, ਉਹ ਉਸ ਦੇ ਬਾਵਜੂਦ ਵੀ ਜਾ ਸਕਦੇ। ਮੈਂ ਸਿੱਧੂ ਦਾ ਕੱਦ ਵੀ ਕਿਤੇ ਕੈਪਟਨ ਅਮਰਿੰਦਰ ਤੋਂ ਛੋਟਾ ਨਹੀਂ ਸਮਝਦਾ, ਉਮਰ ਦਾ ਫਰਕ ਹੈ, ਕੈਪਟਨ ਅਮਰਿੰਦਰ ਕੋਲੇ ਤਜਰਬਾ ਜ਼ਿਆਦਾ ਹੈ, ਸਿੱਧੂ ਕੋਲੇ ਤਜਰਬਾ ਘੱਟ ਹੈ ਜੀ ਕੈਪਟਨ ਅਮਰਿੰਦਰ ਦੇ ਮੁਕਾਬਲੇ। ਪਰ ਪ੍ਰਸਿੱਧੀ 'ਚ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਤੋਂ ਕਿਤੇ ਘੱਟ ਨਹੀਂ। ਜੇ ਕੈਪਟਨ ਅਮਰਿੰਦਰ ਦੇ ਨਾਂ 'ਤੇ ਕਾਂਗਰਸ ਜਿੱਤੀ ਰਹੀ ਹੈ ਅਤੇ ਸਿੱਧੂ ਆਪਣੇ ਨਾਂ 'ਤੇ ਜਿੱਤਦਾ ਰਿਹਾ, ਅਤੇ ਸਿੱਧੂ ਦੇ ਨਾਂ 'ਤੇ BJP ਅਤੇ ਅਕਾਲੀ ਦਲ ਨੇ ਵੀ ਬਹੁਤ ਪੰਜਾਬ 'ਚ ਮੌਜਾਂ ਲੁੱਟੀਆਂ, ਬਹੁਤ ਇਹਨਾਂ ਨੇ ਸਿੱਧੂ ਦੇ ਪ੍ਰਚਾਰ ਕਰਕੇ ਸੀਟਾਂ ਸੁੱਟਾਂ ਜਿੱਤੀਆਂ। ਹਾਲਾਂਕਿ ਸਿੱਧੂ ਵੀ ਜਿੱਤਿਆ, ਤੁਹਾਡੀ ਮਦਦ ਨਾਲ ਸਿੱਧੂ ਵੀ ਜਿੱਤਿਆ, ਪਰ ਸਿੱਧੂ ਦਾ ਵੀ ਯੋਗਦਾਨ ਰਿਹਾ। ਹਾਂਜੀ, ਹੁਣ ਮੇਰਾ ਆਖਰੀ ਇੱਕ ਮੈਂ ਸਵਾਲ ਲੂੰਗਾ। ਕਰਤਾਰਪੁਰ ਸਾਹਿਬ ਦੇ ਅੱਜ ਵਿਧਾਨ ਸਭਾ ਦੇ ਸੈਸ਼ਨ 'ਚ ਜੇ ਕੋਈ ਅਜਿਹੀ ਗੱਲ ਕਰ ਲੈਂਦੇ ਸਾਡੇ ਲੀਡਰ ਸਰਬਸੰਮਤੀ ਨਾਲ ਵੀ ਅਸੀਂ ਸਟੇਜਾਂ ਦੇ ਝਗੜੇ 'ਚ ਨਹੀਂ ਪੈਣਾ, ਅਸੀਂ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਮੁਤਾਬਕ ਹੀ ਇੱਕੋ ਸਟੇਜ ਉੱਥੇ ਸਾਂਝੀ ਕਰ ਲਾਂਗੇ ਜਾਂ ਇਕੱਠੇ ਹੋ ਕੇ ਸਮਾਗਮ ਮਿਲਾ ਲਾਂਗੇ, ਅਤੇ ਜ਼ਿਆਦਾ ਵਧੀਆ ਨਹੀਂ ਸੀ ਰਹਿਣਾ? ਅੱਜ ਕਮੀ ਰਹਿ ਗਈ ਕਿਤੇ ਨਾ ਕਿਤੇ ਵੀ ਸਾਰੇ ਇਕੱਠੇ ਤਾਂ ਹੋ ਗਏ, ਪਰ ਆਪਸ 'ਚ ਦਿਲ ਨਹੀਂ ਇਕੱਠੇ ਹੋਏ ਵੀ ਅਸੀਂ ਇਕੱਠੇ ਸਮਾਗਮ ਮਨਾ ਲਈਏ। ਦੇਖੋ ਜੀ, ਦਿਲ ਇਕੱਠੇ ਨੇ, ਸਾਡੀ ਪਹਿਲਕਦਮੀ ਹੈ, ਅਸੀਂ ਪਹਿਲਾਂ ਵੀ ਜਥੇਦਾਰ ਸਾਹਿਬ ਕੋਲ ਗਏ, ਹੁਣ ਵੀ ਉਦਣ ਜਾ ਕੇ ਇਹੀ ਗੱਲ ਕਹਿ ਕੇ ਆਏ, ਤੁਸੀਂ ਸਟੇਜ ਸਾਡੀ ਜਿਹੜੀ ਸਰਕਾਰ ਨੇ ਬਣਾਈ ਆ ਉਹਨੂੰ ਟੇਕ ਓਵਰ ਕਰ ਲਓ, ਕੋਈ ਚੱਕਰ ਨਹੀਂ, ਸਾਨੂੰ ਕੋਈ ਦਿੱਕਤ ਨਹੀਂ। ਅੱਜ ਵੀ ਸਾਡੇ ਮਿਨਿਸਟਰ ਚੰਨੀ ਨੇ ਕਿਹਾ ਕਿ ਅਸੀਂ ਤੁਹਾਡੀ ਸਟੇਜ 'ਤੇ ਆ ਜਾਵਾਂਗੇ 11 ਤਰੀਕ ਨੂੰ 12 ਤਰੀਕ ਵਾਲੇ ਸਮਾਗਮ 'ਤੇ, ਤੁਸੀਂ ਉਹ ਚਲਾ ਲਓ, ਜਥੇਦਾਰ ਸਾਹਿਬ ਚਲਾ ਲੈਣ। ਪਰ ਜੇ ਹੁਣ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ, ਹੁਣ ਇਹ 'ਚ ਕਸੂਰ ਕੀ ਹੈ? ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਾਰੇ ਸਿੱਖ, ਪਹਿਲਾਂ ਅਸੀਂ ਸਾਰੇ ਸਿੱਖ ਹਾਂ, ਉਹ ਤੋਂ ਬਾਅਦ ਪਾਰਟੀਆਂ 'ਚ ਵੱਡੇ ਹੋਏ ਹਾਂ, ਕਿ ਸਾਰੇ ਇੱਕ ਵਰਲਡ ਦੇ ਵਿੱਚ ਮੈਸੇਜ ਹੈ ਕਿ ਸਿੱਖ ਇਕੱਠੇ ਨੇ, ਆਪਦੇ ਗੁਰੂ ਜਿਹੜੇ ਪਹਿਲੇ ਗੁਰੂ ਨੇ ਜਿਨ੍ਹਾਂ ਨੇ ਧਰਮ ਚਲਾਇਆ ਸਿੱਖ ਧਰਮ, ਉਹਨਾਂ ਨੂੰ ਉਹਨਾਂ ਨੂੰ ਯਾਦ ਕਰਦੇ ਹੋਏ, ਉਹਨਾਂ ਦਾ ਪੁਰਬ ਮਨਾਉਂਦੇ ਹੋਏ, ਇਹ ਸਾਰੇ ਇਕੱਠੇ ਨੇ, ਇਹਨਾਂ ਨੂੰ ਡਿਵਾਈਡ ਨਹੀਂ ਕੀਤਾ ਜਾ ਸਕਦਾ। ਅਗਰ ਵੰਡੀਆਂ ਪਾਉਣੀਆਂ, ਇੱਕ ਪਰਿਵਾਰ ਕਰਕੇ ਵੰਡੀਆਂ ਪੈ ਰਹੀਆਂ, ਮੈਂ ਬੜੀ ਕਲੀਅਰ ਦੀ ਗੱਲ ਕਰ ਰਿਹਾ, ਇੱਕ ਪਰਿਵਾਰ ਕਰਕੇ ਬਣਿਆ, ਇਸੇ ਕਰਕੇ ਹੀ ਡਬਲ ਸਟੇਜਾਂ ਲੱਗ ਰਹੀਆਂ, ਕਿਉਂਕਿ ਉਹਨਾਂ ਨੂੰ ਓਨੀ ਇੰਪੋਰਟੈਂਸ ਨਹੀਂ ਮਿਲ ਸਕਦੀ ਸੀ, ਕੋਈ ਗੱਲ ਕੁਰਸੀ ਦਾ ਵੀ ਰੌਲਾ ਪਿਆ ਸੈਸ਼ਨ ਦੇ ਵਿੱਚ। ਪੰਜਾਬ 'ਚ ਜਿਹੜੇ ਪੋਲੀਟੀਕਲ ਧਿਰਾਂ ਨੇ ਨਾ, ਉਹ ਸਾਰੇ ਪਰਿਵਾਰਾਂ ਦੇ ਨਾਲ ਹੀ ਕੋਈ ਨਾ ਕੋਈ ਰੌਲਾ, ਸਿੱਧੂ ਦੇ ਪਰਿਵਾਰ ਦਾ ਵੀ ਰੌਲਾ, ਅਕਾਲੀਆਂ ਨੂੰ ਕਾਂਗਰਸੀਆਂ ਨੂੰ ਚੰਗਾ ਨਹੀਂ ਲੱਗਦਾ, ਬਾਦਲ ਦੇ ਪਰਿਵਾਰ ਦਾ ਵੀ ਰੌਲਾ, ਕੈਪਟਨ ਦੇ ਵੀ ਪਰਿਵਾਰ ਦਾ ਰੌਲਾ, ਉਸ ਰੌਲੇ ਸਿਆਸੀ ਤੌਰ ਤੇ ਸਾਰੇ ਪੋਲੀਟੀਕਲ ਪਰਿਵਾਰਾਂ ਦੇ ਹੁੰਦੇ ਹੀ ਹੈ। ਸੋ ਪਰਿਵਾਰ ਪੋਲਿਟਿਕਸ 'ਚ ਹਿੱਸਾ ਹੁੰਦੇ ਨੇ ਕਿਤੇ ਨਾ ਕਿਤੇ,
ਚਰਚਾ ਲੋਕ ਪਰਿਵਾਰਾਂ 'ਤੇ ਕਰਦੇ ਨੇ ਔਰ ਜਦੋਂ ਇਲਜ਼ਾਮ ਲਾਉਣੇ ਹੁੰਦੇ ਨੇ ਤਾਂ ਪਰਿਵਾਰ ਦਾ ਨਾਮ ਲੈ ਕੇ ਲਾ ਦਿੰਦੇ ਨੇ ਪਰ ਸਾਰੇ ਪਰਿਵਾਰਾਂ ਦਾ ਯੋਗਦਾਨ ਵੀ ਹੈ ਅਤੇ ਸਾਰੇ ਪਰਿਵਾਰਾਂ 'ਤੇ ਸਵਾਲ ਵੀ ਹੈ। ਇਹੀ ਸਿਆਸਤ ਹੈ। ਚੰਗੇ ਕੰਮ ਲਈ ਲੋਕ ਤਾਰੀਫਾਂ ਕਰਦੇ ਨੇ ਅਤੇ ਜਿੱਥੇ ਗੱਲ ਪਸੰਦ ਨਹੀਂ ਆਉਂਦੀ ਲੋਕ ਉੱਥੇ ਵਿਰੋਧ ਵੀ ਕਰਦੇ ਨੇ। ਫਿਲਹਾਲ ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ। ਨਵਜੋਤ ਸਿੰਘ ਸਿੱਧੂ, ਆਸ ਕਰਦੇ ਹਾਂ ਕਿ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਮਿਲੂ ਅਤੇ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਇਮਰਾਨ ਖਾਨ ਦੇ ਉਦਘਾਟਨ 'ਚ ਉਹ ਵੀ ਜਾਣਗੇ ਅਤੇ ਸਾਡੇ ਵਾਲੇ ਪਾਸੇ ਵੀ ਮੋਦੀ ਸਾਹਿਬ ਉਦਘਾਟਨ ਕਰਨਗੇ ਅਤੇ ਉਸ ਵੇਲੇ ਕੈਦੀ ਛੱਡੇ ਜਾ ਚੁੱਕੇ ਹੋਣਗੇ ਅਤੇ ਉਹਨਾਂ ਪਰਿਵਾਰਾਂ ਨੂੰ ਵੀ ਖੁਸ਼ੀ ਹੋਊਗੀ ਜਿਹੜੇ ਉਡੀਕਦੇ ਹੋਣੇ ਆ ਕਿ ਬਾਬੇ ਨਾਨਕ ਦਾ ਦਿਹਾੜਾ ਆਵੇ ਅਤੇ ਸਾਡੇ ਪਰਿਵਾਰ ਮੈਂਬਰ ਜਿਨ੍ਹਾਂ ਨੇ ਤੈਅ ਸਜ਼ਾ ਨਾਲੋਂ ਵੱਧ ਸਜ਼ਾ ਭੁਗਤ ਲਈ ਉਹਨਾਂ ਨੂੰ ਵੀ ਰਿਹਾਈ ਮਿਲੇ। ਸੋ ਆਸ ਕਰਾਂਗੇ ਕਿ ਬਾਬੇ ਨਾਨਕ ਦਾ ਜਿਹੜਾ ਇਹ ਗੁਰਪੁਰਬ ਦਾ ਸਮਾਗਮ ਹੈ, ਇਹ ਦਿਨ ਨੇ ਸਾਰੇ, ਇਹ ਸਾਰਿਆਂ ਦੇ ਲਈ ਬੜੇ ਸ਼ੁਭ ਬਣਨ ਅਤੇ ਅਸੀਂ ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਚੱਲੀਏ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਰਿਆਂ ਨੇ ਵੀ ਆਪਣੀ ਆਪਣੀ ਗੱਲ ਰੱਖੀ। ਕੋਈ ਵੀ ਸੁਣਨ ਵਾਲਾ ਜਾਂ ਕੋਈ ਵੀ ਤੇਰੇ ਕਿਸੇ ਵਿਚਾਰ ਤੋਂ ਸਹਿਮਤ ਹੈ ਤਾਂ ਤੁਸੀਂ ਵੀ ਆਪਣੀ ਗੱਲ ਰੱਖ ਸਕਦੇ ਹੋ, ਖੁੱਲ੍ਹਾ ਸਕਦਾ ਜੀ। ਧੰਨਵਾਦ।